अस्सलाम वालेकुम नाज़रीन, टी टाइम में खुश आमदीद। सियाणे कहिंदे ने लखां दे पुत मित नहीं कखां दे हुंदे, भावें लखां चूनियां मित्रां पाईए। अपने देश दे बागां ते नाज़रीन, यानी सियाणे कहिंदे ने कुत्ता पवे ते खुशी ना करिए। सप ने भी डंग लैना है। वाह वाह वाह, ताडे सियाणे कहिंदे सर जी, कुत्ता पवे ते इट ना फड़िए। इतना कुत्ता पवे ते इट ना फड़िए। हाँ, कुत्ता पड़े तो इट ना पड़िए। यार इदा ही है, उन्हें इंज भी उन्हें पै जाना है। कुत्ता पवे तो इट भावे फड़िए, फिर भी उन्हें पै जाना है। गई जवानी मोड़नी आती। हाँ, एवं ना रेसा ला। हाँ, अड़िए नाज़रीन, जिंदगी चार दिन की है। इतवार तक अज की नहीं है, अज यकम मंगल। चार दिन तो मुराद है कि खत्म होने वाली है, जल्दी आ। तुहानू चार दिन, तू जिहड़ी पिछों गुजार के आया, तू एक घंटा मैनूं तो यकीन ना कह दे कि साजी हाँ जी एक घंटा मैं मैनूं याद आ, इदां मैं फील कर रहा मैं गुजारिया। चार दिन तो बहुत औखे ने। माशाल्लाह सियाने बहने हो गए हो, ताडी फुटपड़ी ते भी चिट्टे आ गए ने। ताजी शुक्रवार, ठहर जाओ ना, अगली मेरी गल सुन लो ना, गल सुन लो। गल है कि तुसी माशाल्लाह 3 घंटे तो बाहर बैठे हो, 4-5 साल हो गए ਤੁਹਾਨੂੰ ਮੇਰੇ ਨਾਲ, ਤੁਹਾਡੇ ਆਲੇ ਦੁਆਲੇ ਕੈਮਰਾਮੈਨ ਫਿਰਦੇ ਨੇ, ਸਾਰੇ ਫਿਰਦੇ ਨੇ, ਕਰੈਕਟਰ ਫਿਰਦੇ ਨੇ। ਹਾਂਜੀ, ਤੁਸੀਂ ਵੀ ਬੈਠੇ ਹੋ ਕਿ ਟੀ ਟਾਈਮ ਹੀ ਕਰਨਾ, ਅਸੀਂ ਘਰੋਂ ਆਏ ਹਾਂ, ਕਰਨ ਉਸਤਾਦ ਹੋਣੀ ਆ ਜਾਣਗੇ ਕਰਕੇ। ਤੁਸੀਂ ਬਾਹਰ ਉਹਨੂੰ ਕਹਿੰਦੇ ਯਾਰ ਕੈਮਰੇ ਲਾ ਫਰੀ ਤੇ ਮੇਰੇ ਨਾਲ ਬਹਿ, ਆਪਾਂ ਕੋਈ 10 ਮਿੰਟ ਕੋਈ ਸ਼ੁਕ ਮਿਲ ਲੈਣੇ, ਲੇਕਿਨ ਉਹ ਛੱਡ ਦਿਓ ਗੱਲ, ਨਹੀਂ ਤੇ ਬਾਅਦ ਐਪ ਮੈਨੂੰ ਇਹ ਗੱਲ ਨਾ ਕਰਿਆ ਕਰੋ, ਛੱਡ ਦਿਓ, ਛੱਡ ਦਿਓ, ਬਾਅਦ ਚੋਂ ਤੁਸੀਂ ਗੁੱਸਾ ਕੀਤਾ ਕਿਹਦੇ ਕੋਲ ਪੁੱਛ ਕੇ ਕੀਤਾ, ਫਿਰ ਉਹ ਬਸ ਕਰਦੇ, ਬਸ ਕਰਦੇ, ਨਾ ਕਰੋ ਤੁਸੀਂ, ਨਾ ਕਰਨਾ, ਵਾਕਈ ਮੈਂ ਗੁੱਸਾ ਕਰ ਲੈਣਾ, ਬਿਲਕੁਲ ਨਾ ਕਰਨਾ। ਨਹੀਂ ਤੇ ਤੁਹਾਡੇ ਅੰਦਰ ਤੇ ਅੱਗਾਂ ਬਲ ਰਹੀਆਂ ਹੁੰਦੀਆਂ ਵੀ ਕਦੋਂ ਉਸਤਾਦ ਸਾਨੂੰ ਦੱਸੇ ਤੇ ਅਸੀਂ ਕਰੀਏ। ਇਸ ਤੋਂ ਇਹ ਨਾ ਮੈਨੂੰ ਸੁਣਾਇਆ ਕਰ, ਮੈਨੂੰ ਘੰਟਾ ਹੋ ਗਿਆ ਤੇ 2 ਘੰਟੇ ਹੋ ਗਏ। ਲਓ ਜੀ ਨਾਜ਼ਰੀਨ, ਫਰੀਦ ਸਾਬਰੀ ਸਾਹਿਬ, ਵੱਡੀ ਦੁਨੀਆ ਬਹੁਤ ਛੋਟਾ ਜ਼ੇਨ ਤੇ ਕੰਡ ਚਿੱਲੀ ਗਈ ਸੱਜਣਾ। ਵੱਡੀ ਦੁਨੀਆ ਛੋਟਾ ਜ਼ੇਨ ਨੀਲੇ ਪੈਰ, ਮੀਂਹ ਵਰਸਾਓ ਜ਼ੋਰੋ ਜ਼ੋਰ, ਹੇ ਜਮਾਲੋ। ਫਰੀਦ ਸਾਹਿਬ ਦੀ ਕੱਲ ਦੀ ਮੇਰੇ ਨਾਲ ਇੱਕ ਬਹਿਸ ਬੜੀ ਬੇਤੁਕੀ ਚੱਲ ਰਹੀ ਆ, ਇਹਦੇ ਕਿ ਵੀ ਰਿਸ਼ਤੇਦਾਰੀਆਂ ਦੁਨੀਆਂ 'ਤੇ ਨਹੀਂ ਹੋਣੀਆਂ ਚਾਹੀਦੀਆਂ, ਇਨਸਾਨ ਨੂੰ ਇਕੱਲਾ ਆਉਣਾ ਚਾਹੀਦਾ ਸੀ। ਮੈਂ ਉੱਤੋਂ ਕਿਤੋਂ ਡਿੱਗਦਾ ਕਿਸੇ ਦੀ ਛੱਤ 'ਤੇ, ਡੰਮ ਉੱਠ ਕੇ ਕੱਪੜੇ ਝਾੜਦਾ ਤੇ ਕਹਿੰਦਾ ਲਓ ਵੀ ਮੈਂ ਆ ਗਿਆ ਦੁਨੀਆ 'ਤੇ। ਇਹ ਆਪਣੇ ਚਾਚੇ ਦੀ ਵਜ੍ਹਾ ਤੋਂ ਕਹਿ ਰਹੇ ਆ। ਨਹੀਂ ਨਹੀਂ ਨਹੀਂ, ਇਹ ਪਤਾ ਨਹੀਂ ਕਿਉਂ ਕਹਿ ਰਿਹਾ, ਇਹਨਾਂ ਦੇ ਸਾਹਮਣੇ ਗੱਲ ਕਰ ਜਿਹੜੀ ਗੱਲ ਕਰਨੀ ਆ। ਗੱਲ ਮੈਂ ਇਹ ਕੀਤੀ ਆ ਕਿ ਰਿਸ਼ਤੇਦਾਰ ਨਾ ਤੇ ਖਾਣ ਦਿੰਦੇ ਆ ਤੇ ਨਾ ਕੁਛ ਖਾਣ ਨੂੰ ਦਿੰਦੇ ਆ। ਨਹੀਂ ਤੂੰ ਇਹ ਕਿਉਂ ਕਹਿ ਰਿਹਾ ਕਿ ਸਾਰਿਆਂ ਦੇ, ਤੂੰ ਆਪਣੇ ਕਹਿ ਵੀ ਮੇਰੇ ਕਿਤੇ ਸਰ, ਮੋਸਟਲੀ ਤੁਸੀਂ ਸਾਰਿਆਂ ਦੀ ਗੱਲ ਛੱਡੋ, ਇਹ ਪਤਾ ਕੀ ਭੁੱਖ ਦੀਆਂ ਲੜਾਈਆਂ ਹੁੰਦੀਆਂ ਘਰਾਂ 'ਚ, ਰਿਸ਼ਤੇਦਾਰ ਹਮੇਸ਼ਾ। ਮੈਂ ਹੁਣ ਮਕਾਨ ਬਣਾਉਣ ਡਿਆ ਨਾ, ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇ ਕੇ, ਮੇਰੇ ਰਿਸ਼ਤੇਦਾਰ ਵਾਲੇ ਇੱਕ ਹੋਰ ਛੋਸ਼ਾ ਛੱਡਿਆ, ਕਹਿੰਦੇ ਜੀ ਇਹਦੇ ਫਰੀਦ ਕੋਲ ਇੱਕ ਹੋਰ ਮਕਾਨ ਵੀ, ਹਾਲੇ ਤੇ ਮੈਂ ਰਜ਼ਾ ਗਾਰਡਨ ਵਾਲਾ ਨੀ ਦੱਸਿਆ।
ਮਿਸਾਲ ਆ ਇੱਕ ਮਿਸਾਲ ਆ ਕਿ ਤੇਰੇ ਕੋਲ 10 ਮਕਾਨ ਨੇ ਤੂੰ ਆਪਣੀ ਮਿਹਨਤ ਨਾਲ ਬਣਾਏ ਕਿਸੇ ਨੂੰ ਕੀ ਤਕਲੀਫ ਆ ਸਾਜੀ ਇਹੋ ਤੇ ਗੱਲ ਆ ਰਿਸ਼ਤੇਦਾਰ ਇਹਨਾਂ ਮਗਰ ਲੱਗ ਜਾਂਦੇ ਉਹ ਕਹਿੰਦੇ ਕੀ ਮਗਰ ਕੀ ਮਗਰ ਉਹਨਾਂ ਦਾ ਕੀ ਤੁੱਕ ਜਿਹੜੇ ਰਿਸ਼ਤੇਦਾਰ ਕਿਰਾਏ ਤੇ ਇਹਨਾਂ ਨੂੰ ਕਹਿੰਦੇ ਨੇ ਮੈਨੂੰ ਦੇ ਦੇ ਯਾਰ ਤੇਰੇ ਕੋਲ ਮੈਂ ਕਿਹਾ ਯਾਰ ਮੇਰੇ ਕੋਲ ਮਕਾਨ ਕਿਹਾ ਕਿੰਨੇ ਤੁਹਾਨੂੰ ਕਹਿੰਦੇ ਮਰ ਚੱਲਿਆ ਵਾ ਹੁਣ ਤੇਰਾ ਆਪਣਾ ਵੀ ਬਣ ਗਿਆ ਵਾ ਮੈਂ ਆਪਣਾ ਕਿੱਦਾਂ ਬਣਿਆ ਵਾ ਮੇਰੇ ਮੌਲਾ ਮੈਂ ਤੁਹਾਨੂੰ ਦੱਸ ਰਿਹਾ ਇਹਦਾ ਹੱਲ ਹੈਗਾ ਨਾ ਉਸਤਾਦ ਜੀ ਵੇਖੋ ਨਾ ਰਿਸ਼ਤੇਦਾਰ ਇਹਨੂੰ ਕਹਿੰਦੇ ਜਦੋਂ ਇਹ ਵਿਹਲਾ ਸੀ ਰਿਸ਼ਤੇਦਾਰਾਂ ਕੋਲ ਮੰਗਣ ਜਾਂਦਾ ਸੀ ਉਦੋਂ ਆ ਕਿੱਥੇ ਸੀਗਾ ਠੀਕ ਹੈ ਨਾ ਜਦੋਂ ਮੋਟਰਸਾਈਕਲ ਉਹਨਾਂ ਕੋਲ ਲੈ ਕੇ ਜਾਂਦਾ ਸੀ ਅੱਜ ਇਹਨੂੰ ਅੱਲਾ ਨੇ ਗੱਡੀ ਦੇ ਦਿੱਤੀ ਇਹਨੇ ਸਾਈਡ ਤੇ ਯਾਨੀ ਕਿ ਰੈਂਟ ਤੇ ਪਾਈਏ ਤੇ ਦੇ ਨਹੀਂ ਸਕਦਾ ਫਿਰ ਜਦੋਂ ਆਪ ਮੰਗਣ ਜਾਂਦੇ ਜਦੋਂ ਟਾਈਮ ਆਉਂਦਾ ਕੋਈ ਇੱਕ ਫਾਇਦਾ ਦੱਸੋ ਰਿਸ਼ਤੇਦਾਰੀਆਂ ਦਾ ਉਸਤਾਦ ਜੀ ਵੀ ਬੈਠੇ ਆ ਬਈ ਮੈਨੂੰ ਕਾਇਨਾਤ ਚ ਕਿਸੇ ਨੇ ਇੰਨਾ ਨੁਕਸਾਨ ਨਹੀਂ ਪਹੁੰਚਾਇਆ ਜਿੰਨਾ ਤੇਰੇ ਰਿਸ਼ਤੇਦਾਰਾਂ ਨੇ ਪਹੁੰਚਾਇਆ ਮੈਨੂੰ ਆਪਣੇ ਰਿਸ਼ਤੇਦਾਰਾਂ ਦਾ ਪੁੱਛ ਉਹ ਰਿਸ਼ਤੇਦਾਰ ਕਾਹਦੇ ਦੁਸ਼ਮਣ ਹੀ ਹੋ ਦੁਸ਼ਮਣ ਦੁਸ਼ਮਣ ਵੀ ਕਿਤੇ ਸੋਚ ਲੈਂਦਾ ਵਾ ਹੱਕ ਹਲਾਲ ਵੀ ਕਿਆ ਹਰਾਮ ਆ ਹਲਾਲ ਆ ਯਾਰ ਰੱਬ ਨੂੰ ਵੀ ਮਰ ਕੇ ਮੂੰਹ ਵਹਾਉਣਾ ਵਾ ਉਹ ਇਹਦੇ ਵੀ ਬਦਲੇ ਉਹਨਾਂ ਨੇ ਤੁਹਾਡੇ ਕੋਲ ਅੱਲਾ ਮਾਫੀ ਦਵੇ ਵੀ ਐਸਾ ਥੋੜ ਪੂੰਜੀਆ ਨਿਜ਼ਾਮ ਮੈਂ ਨਹੀਂ ਜ਼ਿੰਦਗੀ ਚ ਵੇਖਿਆ ਖੁਦਾ ਦੀ ਕਸਮ ਵੀ ਨਾਦਰੀ ਥੋੜ ਪੂੰਜੀਆ ਯਾਰ ਇਨਸਾਨ ਵੀ ਇੰਨਾ ਮਤਲਬ ਨਿੱਕਾ ਹੋ ਸਕਦਾ ਵਾ ਘਟੀਆ ਪਨ ਦੀ ਅਖੀਰ ਇੱਕ ਇੱਟ ਚਾਰ ਇੱਟਾਂ 10 ਇੱਟਾਂ ਇੱਕ ਇੰਨੀ ਕੁ ਰੇਤ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੌਬਾ ਅਸਤਗਫਿਰੁੱਲਾ ਜਿਹੜਾ ਪਲਸਤਰ ਤੇ ਫੋਮ ਕੌਣ ਲੋਕ ਨੇ ਮੈਂ ਕਿਹਾ ਮੈਂ ਪਰੇਸ਼ਾਨ ਹੋ ਗਿਆ ਅੱਲਾ ਦੀ ਕਸਮ ਹੈ ਅੱਲਾ ਮਾਫੀ ਦੇਵੇ ਇਹਨਾਂ ਚਾਹੀਦਾ ਹਾਲੇ ਤੈਨੂੰ ਮੈਂ ਕਈ ਗੱਲਾਂ ਇਹਨੂੰ ਪਤਾ ਹੀ ਨਹੀਂ ਇਹਨੂੰ ਬਹੁਤ ਸਾਰੀਆਂ ਗੱਲਾਂ ਦਾ ਇਹਨੂੰ ਪਤਾ ਹੀ ਨਹੀਂ ਇਹ ਚੀਮੇ ਤੋਂ ਇਹ ਤੇ ਇੱਥੇ ਹੁੰਦਾ ਮੈਨੂੰ ਬਾਹਰੋਂ ਪਤਾ ਲੱਗਦਾ ਮੈਂ ਕਹਿੰਦਾ ਯਾਰ ਚੱਲ ਕੀ ਵਿਚਾਰੇ ਨੂੰ ਦੱਸਣਾ ਐ ਵੀ ਇਹਨੂੰ ਪਤਾ ਲੱਗੇਗਾ ਇਹ ਵੀ ਤੇ ਉਹਨਾਂ ਦਾ ਹੀ ਹੈ ਨਾ ਉਹਨਾਂ ਵਰਗਾ ਹੀ ਹੈ ਓਦਾਂ ਕਹਿੰਦਾ ਚੀਮਾ ਨਹੀਂ ਇਹ ਵੀ ਤੇ ਉਹਨਾਂ ਵਰਗਾ ਹੀ ਹੈ ਤੇ ਇਹਨੂੰ ਹੀ ਦੱਸ ਦਵਾਂ ਨਹੀਂ ਚੀਮੇ ਤੋਂ ਪਹਿਲੇ ਵੀ ਚੀਮਾ ਬਹੁਤ ਸਾਰੀਆਂ ਗੱਲਾਂ ਪਤਾ ਹੀ ਨਹੀਂ ਕਸਮ ਅੱਛਾ ਵੈਸੇ ਗੱਲ ਮੈਂ ਤੋਬਾ ਤੋਬਾ ਮੈਂ ਨਾਜ਼ਰੀਨ ਤੁਹਾਨੂੰ ਦੱਸ ਨਹੀਂ ਸਕਦਾ ਅੱਛਾ ਤੁਸੀਂ ਦੱਸੋ ਵੀ ਉਸਤਾਦ ਜੀ ਫਿਰ ਰਿਸ਼ਤੇਦਾਰੀ ਦਾ ਤੁਸੀਂ ਕਿੱਦਾਂ ਦਾਵਾ ਕਰਦੇ ਰਿਸ਼ਤੇਦਾਰ ਜਿਹੜੇ ਨੇ ਉਹ ਜ਼ਰੂਰੀ ਹੈ ਲਾਈਫ 'ਚ ਮੈਂ ਕਹਿੰਦਾ ਵਾਂ ਰਿਸ਼ਤੇਦਾਰ ਤੋਂ ਬਗੈਰ ਸਾਊਦੀ ਅਰਬ ਦੁਬਈ ਦੁਨੀਆ ਦੇ ਕਿਸੇ ਕੋਨੇ ਤੇ ਇੰਗਲੈਂਡ ਯੂਕੇ ਜੈਸੇ ਤੁਸੀਂ ਚਲੋ ਜਾਓ ਰਿਸ਼ਤੇਦਾਰਾਂ ਤੋਂ ਬਗੈਰ ਲੋਕ ਰਹਿੰਦੇ ਓਏ ਤਾਂ ਜੀ ਕੀ ਕਰਦੇ ਹੋ ਇਹਨਾਂ ਦਾ ਬੱਸ ਨਹੀਂ ਚੱਲਦਾ ਇਹ ਖੁਦਾ ਦੀ ਕਸਮ ਹੈ ਇੱਥੇ ਬੋਰਾ ਪਾ ਕੇ ਨਿਕਲ ਜਾਣ ਕਰਨ ਕਿਸੇ ਦਾ ਅੱਧੀ ਇੱਟ ਪਈ ਉਹ ਪਾ ਲੈਣ ਕਿਸੇ ਦਾ ਸਰੀਆ ਦਾ ਟੋਟਾ ਪਿਆ ਉਹ ਪਾ ਲੈਣ ਤੀਨ ਪੈਗ ਨੂੰ ਬੈਂਕੋਕ ਉਹ ਠੁੱਡੇ ਮਾਰ ਮਾਰ ਕੇ ਘਾਟ ਲੈ ਆਉਂਦੇ ਨਹੀਂ ਨਹੀਂ ਇੱਕ ਗੱਲ ਆ ਵੈਸੇ ਤੁਸੀਂ ਅੱਛਾ ਇਹਦਾ ਇਹਦਾ ਬਦਲ ਦਿੱਤਾ ਇਹਦਾ ਲਾਇ ਭਾਵੇਂ ਉਹਨਾਂ 'ਚ ਜੰਮਿਆ ਪਲਿਆ ਚਾਰ ਪੰਜ ਸਾਲ ਹੋ ਗਏ ਸਾਡੇ ਕੋਲ ਆ ਮੇਰੇ ਕੋਲ ਆ ਇਹਨੇ ਦੇਖਿਆ ਯਾਰ ਇਹ ਲਾਈਫ ਲਗਦਰੀ ਸਟਾਈਲ ਆ ਐ ਮੈਂ ਚਵਲ ਨਹੀਂ ਮਾਰਨੀ ਐ ਨਹੀਂ ਕਰਨੀ ਇਹਦਾ ਮਾਇੰਡ ਵੱਡਾ ਆ ਵੱਡੇ ਬੰਦਿਆਂ ਨਾਲ ਫਿਰਦਾ ਉੱਠਦਾ ਲੇਕਿਨ ਉਹ ਉੱਥੇ ਉਹਨਾਂ ਨੂੰ ਕੌਣ ਕਰੇ ਹੁਣ ਉਹਨਾਂ ਨੂੰ ਕੰਮ ਤੇ ਸੱਦ ਲਓ ਫਿਰ ਤੇਰੀ ਮੇਰੀ ਗੱਲ ਹੀ ਕੋਈ ਨਹੀਂ ਫਰੀਦ ਸਾਬਰੀ ਸਾਹਿਬ ਨਾ ਤੁਸੀਂ ਮੈਨੂੰ ਉਹਨਾਂ ਦੀ ਸ਼ਿਕਾਇਤ ਲਾਈ ਮੈਂ ਤੈਨੂੰ ਕਿਹਾ ਤੈਨੂੰ ਪਤਾ ਹੀ ਨਹੀਂ ਜਿਸ ਬੰਦੇ ਦੀ ਮੈਂ ਉੱਥੇ ਡਿਊਟੀ ਲਾਈ ਆ ਕਿ ਤੂੰ ਇਹਦਾ ਮਕਾਨ ਬਣਾ ਦੇ ਉਹ ਆ ਕੇ ਮੈਨੂੰ ਜੋ ਕਹਿੰਦਾ ਮੈਂ ਤੈਨੂੰ ਦੱਸਦਾ ਹੀ ਨਹੀਂ ਔਰ ਵਿਦ ਪਰੂਫ ਕਹਿੰਦਾ ਪਰੂਫ ਤਸਵੀਰਾਂ ਦੇ ਨਾਲ ਖਿੱਚ ਕੇ ਭਾਜੀ ਆ ਦੇਖੋ ਆਈਟਾਂ ਕੱਲ੍ਹ ਸਾਡੇ ਘਰ ਪਈਆਂ ਸੀ ਅੱਜ ਦੇਖੋ ਇੱਥੇ ਪਈਆਂ ਜੇ ਆਹ ਤਸਵੀਰ ਜੇ ਇੱਕ ਅੱਧਾ ਰਿਸ਼ਤੇਦਾਰ ਮਾਰਦੇ ਨਹੀਂ ਤੇ ਇੱਥੇ ਦਰਵਾਜ਼ੇ ਲੱਥੇ ਨੇ ਤੇ ਉਹ ਆ ਗਿਆ ਇੱਕ ਬੰਦਾ ਲੈਣ ਫਲਾਣੀ ਚੀਜ਼ ਲੱਥੀ ਤੇ ਉਹ ਆ ਗਿਆ ਗਾਡਰ ਆ ਲੱਥਾਂ ਤੇ ਉਹ ਇੱਕ ਲੈਣ ਆ ਗਿਆ ਇੱਟਾਂ ਲੱਥੀਆਂ ਤੇ ਉਹ ਤੇਰਾ ਤੂੰ ਤੇ ਆਪਣੇ ਘਰ ਰਹਿਣ ਹੀ ਨਹੀਂ ਸੀ ਦਿਆ ਮੈਨੂੰ ਤੇ ਐਵੇਂ ਤੂੰ ਗੇੜਾ ਦਿੱਤਾ ਕਿ ਮੇਰਾ ਘਰ ਆ ਤੇ ਬਣਾ ਦਿਓ ਤੇਰਾ ਤੇ ਹੈ ਹੀ ਨਹੀਂ ਸੀ ਤੇਰਾ ਤੇ ਪੂਰੇ ਖਾਨਦਾਨ ਦੇ ਵਿੱਚ ਪਤਾ ਨਹੀਂ 50-50 ਰੁਪਈਏ ਪਾ ਕੇ ਤੇ ਘਰ ਸੀ ਉਹ ਜਿੱਦਾਂ ਹੀ ਟਿੱਠਾ ਵਾ ਉੱਥੇ ਤੇ ਇੰਜ ਜਿਵੇਂ ਮੌਜ ਲੱਗ ਗਈ ਜਿਵੇਂ ਕੋਈ ਮਨ ਸਲਵਾ ਉਤਰ ਗਿਆ ਕਿ ਚੁੱਕ ਲਓ ਲੁੱਟ ਲਓ ਲੈ ਜਾਓ ਪਿੱਛੇ ਜਿਹੜਾ ਜਾਨੀ ਉਹਨੇ ਬਣਾ ਕੇ ਹੀ ਦੇਣਾ ਵਾ ਗੱਲ ਮੈਂ ਨਾ ਕਰਦਾ ਤੂੰ ਨਹੀਂ ਸੱਚੀ ਗੱਲ ਆ ਫਰੀਦ ਖਾਂ ਗੱਲ ਇਹ ਨਹੀਂ ਹੈਗੀ ਤੇਰਾ ਤੇਰ ਤੂੰ ਵਿੱਚ ਹੈਗਾ ਹੀ ਨਹੀਂ ਸਹੀ ਗੱਲ ਭਾਵੇਂ ਤੁਸੀਂ ਵਿੱਚ ਹੈ ਹੀ ਨਹੀਂ ਤੇਰੇ ਮੈਂ ਤੈਨੂੰ ਮੈਂ ਕਹਿੰਦਾ ਯਾਰ ਆ ਬੰਦੇ ਨੂੰ ਕਹਿੰਦਾ ਯਾਰ ਜਾ ਉਹ ਇਹਦਾ ਘਰ ਬਣਾ ਦੇ ਉਹ ਘਰ ਬਣਾ ਰਿਹਾ ਮੈਂ ਇੱਥੇ ਬੈਠਾ ਉਹ ਮੈਨੂੰ ਕਹਿੰਦਾ ਭਾਵੇਂ ਇੱਦਾਂ ਹੋਇਆ ਜੇ ਉੱਥੇ ਮੈਂ ਤੈਨੂੰ ਦੱਸਦਾ ਹੀ ਨਹੀਂ ਚਾਚਿਆਂ ਚਾਹੀਦਾ ਸੀ ਪੱਲਿਓ ਲੋਕਾਂ ਬੱਚਿਆਂ ਨੂੰ ਚੀਜ਼ਾਂ ਵੰਡਦੇ ਕਿ ਯਾਰ ਅੱਲਾ ਨੇ ਇਹਨੂੰ ਦੇ ਦਿੱਤਾ ਸਾਨੂੰ ਵੀ ਅੱਲਾ ਦੇ ਦੇਗਾ
अल्लाह को लैन का तरीका पता की है, अगर ये दिलों जान ना हो के दुआ करके पल्यों को मिठी चीज पका के वंड देना हर हफ्ते तो तुम भी रब ने देना। हाँ ये बकवास गल होंगी आ, गरीब हैं हम 40 साल हो गए, करतूत हरकत होंगे इदा दिया। रब ने उन्हें कहना गरीब पैदा होना कोई जुर्म नहीं, गरीब मरना जुर्म है फैसल साहब, जेड़ा तुसी मरना इंशाल्लाह कदे भी ना सोचना सर जी। हाँ मैं अपनी गरीब पैदा होना नहीं जुर्म है, 40 साल तक आ देखना यदि सोच आ की है गलबात हाल एदा। अच्छा हुण अज मैं जिन्नियां गल्लां कीतियां उहदे च इहदा अद्धियां तैनूं पता ही नहीं होना, मैं जेनुइन कह रहा बार भी टेंशन दे विच फोन ते लगा चाचे नूं इंज कह दे चाचे नूं उधर नहीं नहीं ओ ठीक ओ यार मेरी गल सुन ला, ना किते चाचे ने जाना ना किते मदर ने जाना ना फूफिया ने जाना, वह खून आ उन्हां दी लड़ाई होनी आ, उन्होंने फिर उत्थे आ जाना। कल नूं उहदा मकान बन गया ठीक है, वह सैटमेंट हो गया अपनी जगह पर, अंदर पकड़ गुजन लग पिया आन जान लग पे, सारे कट्ठे ही होने नाल किन्नी देर लड़ लैणगे समझ आ रही। मैं इस तो इहनूं नहीं दस रहा भी जाके, लेकिन जिन्ना को उन्हूं पता लग रहा उन्हूं यह भी पता वा कि वाकई नीच रखता ने उन्हूं पता वा। हाँ एवं नहीं कह रहा रिश्तेदार कितने दफा दूर हो जाए, सही कह रहा बिल्कुल। बहरहाल उस्ताद जी ये तो तुसी गल की ना, चलो असी आउट ऑफ कंटेंट चले गए, लेकिन उस्ताद जी रिश्तेदारियां दे तुसी एक फायदा तुसी दसो अपने रिश्तेदारां तों तुहानूं एक फायदा कदे जिंदगी च लब्भा? करोड़ां लब्भे लै हुण आ वेख ली हुण अपने इधर सच उधर वेखी गल्लां बनाउण लई नहीं फेक नहीं कोई दसो। जिन्ना मेरी स्ट्रगल दा दौर सी हां जी उहदे विच मेरे बहुत सारे रिश्तेदारां ने मेरा साथ दित्ता, बहुत सारे रिश्तेदारां ने की मतलब तुहानूं गड्डी ते बिठा के धक्का मेरे किराए दित्ते, मेरे 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 एडवांस दित्ते, मैनूं राशन पा पा दिंदे रहे, मैनूं चीजां दिंदे रहे, ठीक है मेरे बच्चियां दीआं फीसां तक दिंदे रहे, हदार दिंदे रहे, वैसे छड्ड दिंदे रहे, करोड़ां ने कीता। वो तो खुशी होंदी सी कि मकान या कोई चीज या कोई इहनां दी लई। हाँ मेरे रिश्तेदार बकरा बकरे ईद होनी सानूं किसे ना किसे ने बकरा बन जाना के बच्चियां नूं आला फड़, तेरे तेरे खलोता अद्धा बकरा लै जाण पिछों ला के बकरे नूं 15 मिनट बाद पता लगे कि मैं पिछलियां लत्तां ते मैं खलोता ही नहीं, चांद रात ते बकरे नूं पता चलदा मेरी खल ते विक भी गई। दो टीआर जिहड़े मेरे रिश्तेदारां ने मैनूं छड्डे 15 रिलाइज कर लिया कि जिहड़ा बंदा खाण लग पे ओहदे भी खिलाफ, जिहड़ा भुखा हुंदा ओहदे भी खिलाफ। भाजी गल तुहाडी कुछ यार फैसल साहब दसो यार पुत्र तेरा प्रॉपर उस्ताद जी साथ देंगे, चाचे ने पूछ की मसला जे ओदा मकान बनाना वह भी उस्ताद जी आदर ठीक है गे नहीं कि ओ नहीं ओ तो सीधा कहना 12 लाख रुपया दे दो कहना दे देंगे उस्ताद जी ना एक कमेंट उस्ताद जी कर लो रोज रोज दी टेंशन नहीं यकीन करो पुत्र है ਤੁਹਾਡਾ चलो दुआवां देगा सारी अल्लाह खैर करे चाचे नु मेरा एक मकान बनदा पिया वा इधर हस्त्याने रोड ते ओ बेच के ते फिर तेरे चाचे दा बनवा नहीं असी बैठ के भी गल कर सकदे पर जाके किथे करके बन रिया जी। बाकी चार भरा ने कदी नहीं कोई गया के साडे भरा दा सोची सारे ही जांदे ने बस करदे हुण उधरों इधर ना तोपां दा मूंह करा चुप कर चुप कर चुप कर जा मैं बहुत कुछ मेरे अगे आया बहुत कुछ अगे आया तुहाडे खानदान तुहाडे भरा तुहानूं जिहड़े चा चढ़े ने तुहानूं जिहड़ियां खुशियां कईआं ने मैनूं कहा उस्ताद जी इहनां दे मूंह ते रौनक ही नहीं गई ओह जिहड़ी किहनां दे मूंह ते तुहाडे मकान दी कि हुण भंगड़े पाई जावे लुड्डी पा के चल जी हां जी भंगड़े गल करन दे उस्ताद रोज़ उत्थे जाओ लै असीं तू ते पता नहीं लै तू कसम खा के दस दे हां जी 6 महीने 5 महीने हो गए तेरे मकान बनते हैं हाँ जी 5 महीने दे विच तू 5 वारी गया हर हफ्ते दे मैनू अपनी मां की कसम खा कह दे कि मैनू मेरी मां की कसम उस्ताद जी 5 नहीं चलो 5 वारी चला गया 6 वारी गया 6 महीने 6 वारी तू गया सट लगी तेन महीना होया वा उस तो पहले 2 महीने उस तो पहले 4 महीने का तेरा मकान बनता पाया तू दस 4 महीनों 8 वारी गया अपने मकान 8 वारी नहीं गया तेरा कोई भरा गया नहीं ਤੁਸੀਂ ਜਾ ਕੇ ਉੱਥੇ ਕਿਤੇ ਖਲੋਤੇ ਘੰਟਾ 2 ਘੰਟਾ ਕੋ ਮੰਜੀ ਡਾ ਕੇ ਬੈਠੇ ਕਿਸੇ ਨੇ ਪੁੱਛਿਆ ਚੀਜ਼ਾਂ ਕਿੱਥੇ ਪਾਈਆਂ ਕਿੱਦਾਂ ਮੈਂ ਕਿਹਾ ਫੈਸਲ ਚੁੱਪ ਚੁੱਪ ਕਰ ਜਾ ਦੜਵਟ ਜਾ ਹੁਣ ਮੈਂ ਕਸਮ ਖਾਵਾਂ ਨਾ ਨਾ ਚੁੱਪ ਕਰ ਦੜਵਟ ਜਾ
ਨਾ ਇਸ਼ਕ ਦਾ ਖੋਲ ਖੁਲਾਸਾ ਚੁੱਪ ਕਰ ਜੋ ਬਸ ਕਰ ਵੜ ਡਟ ਜਾ ਚੁੱਪ ਕਰ ਅੱਲਾ ਦੀ ਕਸਮ ਹੈ ਬੱਚੇ ਵੀ ਗਏ ਬੇਗਮ ਵੀ ਗਈ ਸਾਰੇ ਠੀਕ ਹੈ ਕਰਾਚੀਓ ਰਿਲੇਟਿਵ ਆਏ ਉਹ ਵੀ ਗਏ ਫਿਰ ਉਸ ਤੋਂ ਬਾਅਦ ਬਾਜੀ ਹੋਰੀ ਗਏ ਅੰਮੀ ਹੋਰੀ ਸਾਰੇ ਹੀ ਗਏ ਅੱਲਾ ਨੂੰ ਜਾਣ ਦੇਣੀ ਹੈ ਯਾਰ ਉਹ ਯਾਰ ਉਹ ਤੇ ਇੱਕ ਇੱਕ ਵਾਰੀ ਗਏ ਨਾ ਵੇਖਣ ਅੱਲਾ ਦੇ ਬੰਦੇ ਉਹ ਤੇ ਵੇਖਣ ਗਏ ਤੇਰਾ ਹੱਕ ਬੰਦਾ ਸੀ ਤੂੰ ਰੋਜ਼ ਸਵੇਰ ਨੂੰ ਉੱਥੋਂ ਹੋ ਕੇ ਆਉਂਦਾ ਡੇਲੀ ਬੇਸਿਸ ਤੇ ਟੁੱਟੀ ਲੱਤ ਨਾ ਕਿਵੇਂ ਚਲੇ ਜਾਂਦਾ 2 ਮਹੀਨੇ ਪਹਿਲੇ ਚਾ ਯਾਰ ਨਾ ਫੈਸਲ ਨਾ ਕਰ ਹੁਣ ਲੱਤ ਕਹਿੰਦੇ ਨੇ ਉਹ ਝੂਠ ਫੜਨਾ ਬਹੁਤ ਔਖਾ ਹੁੰਦਾ ਜਿਹਦੇ 'ਚ 30% ਸੱਚ ਹੋਵੇ ਅੱਜ ਦੀ ਵੱਡੀ ਗੱਲ ਮੈਂ ਤੁਹਾਨੂੰ ਦੇਤੀ ਜੇ ਜਾਓ ਉਸ ਝੂਠ ਨੂੰ ਫੜਨਾ ਬਹੁਤ ਔਖਾ ਹੁੰਦਾ ਜਿਹਦੇ 'ਚ 30% ਸੱਚ ਵੀ ਹੋਵੇ ਕਿਉਂਕਿ ਜਦੋਂ ਬੰਦੇ ਨੇ ਭੱਜਣਾ ਉਹਨੇ 30% ਵਾਲੀ ਮਿਸਾਲ ਦੇ ਦੇਣੀ ਤੁਸੀਂ ਉਹਨੂੰ 17 ਲੈ ਕੇ ਜਾਣਾ ਉਹਨੇ 30 ਵਾਲੀ ਦੇ ਦੇਣੀ ਮੈਂ ਇਹਨੂੰ ਕਹਿ ਰਿਹਾ ਜਾਂਦਾ ਨੀ ਹੁਣ ਤਾਂ ਕਹਿੰਦਾ ਲੱਤ ਟੁੱਟ ਗਈ ਹੈ ਠੀਕ ਹੈ ਜੀ ਲੱਤ ਤੋਂ ਪਹਿਲੇ 4 ਮਹੀਨੇ ਹੋ ਗਏ ਮਕਾਨ ਬਣਨ ਦੇ ਭਾਈਜਾਨ ਜਿੱਦਣ ਇਹਦਾ ਮਕਾਨ ਸ਼ੁਰੂ ਹੋਇਆ ਨਾ ਇਹ ਉਸ ਤੋਂ ਬਾਅਦ 1.5 ਮਹੀਨਾ ਉੱਥੇ ਨਹੀਂ ਗਿਆ ਪਹਿਲੀ ਵਾਰੀ ਜਦੋਂ ਗਿਆ ਉਦੋਂ ਮਕਾਨ ਸ਼ੁਰੂ ਹੋਏ ਨੂੰ 1 ਮਹੀਨਾ ਹੋ ਗਿਆ ਸੀ ਪੁੱਛੋ ਮੂੰਹ ਤੇ ਬੈਠਾ ਉਸਤਾਦ ਜੀ ਓਏ ਬਸ ਕਰਦੇ ਘਰ ਬੈਠੇ ਬਸ ਕਰਦੇ ਘਰ ਬੈਠਿਆ ਉਦੋਂ ਨਾ ਤੇਰੀ ਲੱਤ ਟੁੱਟੀ ਸੀ ਨਾ ਬਾਂਹ ਟੁੱਟੀ ਸੀ ਨਾ ਨਖਤਰਿਆ ਨਖਤਰਾ ਸੀ ਤੂੰ ਘਰ ਬੈਠੇ ਤੇਰਾ ਬੇੜਾ ਗਰਕ ਹੋਵੇ ਤੈਨੂੰ ਆਹ ਦੇਖ ਤੈਨੂੰ ਤਾਂ ਜੀ ਜਾਣ ਦਿਓ ਕਿਸੇ ਨੂੰ ਅਸੀਂ ਕੋਈ ਨਵੇਂ ਨਹੀਂ ਮਕਾਨ ਵੇਖੇ ਠੀਕ ਹੈ ਨਾ ਅੱਲਾ ਦਾ ਸ਼ੁਕਰ ਮੇਰੇ ਪਿਓ ਤੂੰ ਪੁਰਾਣਾ ਹੀ ਵੇਖੇ ਆ ਮੈਨੂੰ ਪਤਾ ਮੇਰੇ ਪਿਓ ਨੇ ਬਹੁਤ ਕਿਤੇ ਵੇਖੇ ਬੜੀ ਪ੍ਰਾਪਰਟੀ ਛੱਡ ਕੇ ਗਿਆ ਮੇਰਾ ਪਿਓ ਤਾਂ ਜੀ ਓਏ ਬਸ ਕਰੋ ਓਏ ਬਸ ਕਰ ਦੇ ਹਾਂਜੀ ਤੇਰੇ ਕੋ ਬੰਦਾ ਕੂੜਾ ਸਿੱਟਣ ਜਾਂਦਾ ਹੋਵੇ ਨਾ ਜਗ੍ਹਾ ਲੱਭਦਾ ਤੇਰਾ ਘਰ ਆਵੇ ਤਾਂ ਕਹਿੰਦਾ ਨਹੀਂ ਇੱਥੇ ਨਹੀਂ ਮੈਂ ਸਿੱਟਣਾ ਮੈਂ ਕਿਸੇ ਸਹੀ ਜਗ੍ਹਾ ਤੇ ਸਿੱਟਣਾ ਤੁਸੀਂ ਇੱਥੇ ਤਾਂ ਰੌਣਕ ਚਾਹੇ ਜੇਲਮ ਦੇ ਵਿੱਚ ਓਏ ਜੇ ਵੇਖੋ ਸਾਡੇ ਬਸ ਕਰਿਆ ਕਰੋ ਤੁਸੀਂ ਉਸਤਾਦ ਜੀ ਓਏ ਅਬੂ ਜੇਲਮ ਠਹਿਰ 1 ਮਿੰਟ ਆਹੋ ਐਡਾ ਤੂੰ ਕਿਤੇ ਯਾਰ ਦੇਖੋ ਭਾਈ ਨੂੰ ਉਹ ਯਾਰ ਇਹਨਾਂ ਨੂੰ ਬਣਦਾ ਹੋਵੇ ਨਾ ਮਕਾਨ ਬਣਦਾ ਹੋਵੇ ਯਾਰ ਇੱਕ ਗੱਲ ਮੈਂ ਦੇਖੀ ਜੀ ਭਾਈ ਮੇਰੇ ਨੇ ਮਕਾਨ ਸ਼ੁਰੂ ਕੀਤਾ ਉਹਦਾ ਇਹ ਭਾਈ ਨੇ ਮਕਾਨ ਸ਼ੁਰੂ ਕਰ ਲਿਆ ਜੀ ਉਹਨੇ ਵੀ ਜੀ ਭਾਈ ਨੇ ਵੀ ਮਕਾਨ ਸ਼ੁਰੂ ਕਰ ਲਿਆ ਓਕੇ 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 ਠੀਕ ਹੈ ਜੀ ਅੱਗੋਂ ਤੁਸੀਂ ਸਮਝ ਕੇ ਨਾਲ ਦਾ ਉਹਦਾ ਮਕਾਨ ਸ਼ੁਰੂ ਹੋ ਗਿਆ ਨਹੀਂ ਜੀ ਮੈਂ ਠੀਕ ਹੈ ਜੀ ਮੈਂ ਕਹਿੰਦਾ ਛੱਡ ਦੇ ਚੁੱਪ ਕਰ ਜਾ ਤੂੰ ਬਸ ਛੱਡ ਵੜ ਰੁਪਈਏ ਦਾ ਉਹਦੇ ਨਾਲ ਹਿਸਾਬ ਕਰਕੇ ਨਾ ਉਹਨੂੰ ਮੈਂ ਭਾਈ ਨੂੰ ਵੀ ਕਹਿ ਕੇ ਮੈਂ ਕਿਹਾ ਜੀ ਵੇਖ ਲਓ 1 ਰੁਪਈਆ ਵੀ ਤੁਹਾਡਾ ਰਿਹਾ ਨਾ ਤੇ ਮੈਂ ਭਾਜੀ ਉਹਨਾਂ ਤੀਕਰ ਛੱਡਣਾ ਨਹੀਂ ਕਿਹਾ ਓਕੇ ਆ ਉਹਨੇ ਕਿਹਾ ਜੀ ਸਾਡਾ ਲੈਣ ਦੇ ਇਹਨਾਂ ਨਾਲ ਖੇਲਿਆ ਅੱਛਾ ਜੀ ਮੈਂ ਉਹਨਾਂ ਨੂੰ ਦੱਸਣ ਲੱਗਾ ਕਿ ਉਹਨੇ ਗੱਲ ਇਹ ਨਹੀਂ ਹੁੰਦੀ ਗੱਲ ਕੀ ਹੁੰਦੀ ਆ ਇੱਕ ਬੰਦਾ ਚੋਰ ਫੜਿਆ ਜਾਂਦਾ ਪੁਲਿਸ ਫੜ ਲੈਂਦੀ ਉਹ ਕਹਿੰਦਾ ਠੀਕ ਹੈ ਜੀ ਓਕੇ ਜੀ ਆ ਲਓ ਫੜੋ ਭੈਣਾ ਮੈਂ ਤੁਹਾਡਾ ਮਾਲ ਲਿਆ ਸੀ ਜਿਹੜੀ ਉਹਨੇ ਚੋਰੀ ਕੀਤੀ ਉਹਦੀ ਸਜ਼ਾ ਮਾਫ ਹੋ ਜਾਂਦੀ ਹੈ ਹਾਂ ਦੱਸੋ ਚੋਰ ਕੋਲੋਂ ਪੁਲਿਸ ਬਾਜ਼ੀ ਆਪ ਕਰਾ ਲੈਂਦੀ ਆ ਬਰਾਮਦ ਕਰਾ ਲੈਂਦੀ ਸਾਰਾ ਕੁਛ ਤੇ ਉਸ ਤੋਂ ਬਾਅਦ ਬਰਾਮਦ ਕਰਕੇ ਉਹਨੂੰ ਕਹਿੰਦੇ ਚੱਲ ਹੁਣ ਦੌੜ ਜਾ ਉਹਦਾ ਇੱਥੇ ਸਜ਼ਾ ਨਹੀਂ ਗਈ ਇੱਥੇ ਸੋਚ ਜ਼ਾਹਰ ਹੋ ਗਈ ਕਿ ਇਹਨਾਂ ਦਾ ਲੈਵਲ ਕੀ ਹੈ ਦਿਮਾਗ ਦਾ ਜੱਜ ਹੋ ਗਿਆ ਕਿ ਇਹ ਕੌਣ ਨੇ ਇਹਨਾਂ ਦਾ ਕੀ ਅਪਰੋਚ ਆ ਮੈਂਟਲੀ ਇਹਨਾਂ ਨੂੰ ਚਾਹੀਦਾ ਸੀ ਹੁਣ ਤੱਕ 5-5, 7-7, 10-10 ਹਜ਼ਾਰ ਰੁਪਇਆ ਉੱਤੇ ਲਾ ਦਿੰਦੇ ਚੀਜ਼ਾਂ ਵੰਡਣ ਤੇ 200 ਰੁਪਇਆ ਵੀ ਆ ਤੇ ਉੱਥੇ ਬਦਾਨਾ ਵੰਡ ਦਿੰਦੇ ਲੈਂਟਰ ਪੈਣਾ ਸੀ ਤੇ ਉੱਥੇ ਕੁਛ ਕਰ ਦਿੰਦੇ ਲੈਂਟਰ ਤੋਂ ਬਾਅਦ ਕਰ ਦਿੰਦੇ ਮਕਾਨ ਖੜਾ ਹੋ ਗਿਆ ਉਹਦੇ ਕੁਛ ਕਰਦੇ ਇਹਨਾਂ ਨੂੰ ਚਾਹ ਚੜੇ ਹੋਣੇ ਚਾਹੀਦੇ ਸੀ ਰਿਸ਼ਤੇਦਾਰਾਂ ਨੂੰ ਬਿਲਕੁਲ ਕਮ ਅਜ਼ ਕਮ ਆਪਣੇ ਆਪ ਨੂੰ ਤੇ ਹੋਣੇ ਚਾਹੀਦੇ ਸੀ ਨਾ ਬੰਦਾ ਡੇਲੀ ਜਾਵੇ ਚੱਕਰ ਮਾਰੇ ਨਹੀਂ ਉਹ ਜਾਂਦਾ ਵਾ ਸਾਰਾ ਕੁਝ ਹੁੰਦਾ ਵਾ ਮੈਂ ਤੈਨੂੰ ਕਹਿ ਰਿਹਾ ਇਹਨੂੰ 70% ਇਹਨੂੰ ਵੀ ਨਹੀਂ ਪਤਾ ਜਿਹੜੇ ਉਹ ਫਿਲਮ ਜਿਹੜੇ ਗੇਮਾਂ ਪਈਆਂ ਨੇ ਉਹ ਇਹਨੂੰ ਮੈਂ ਦੱਸਾਂਗਾ ਜਦੋਂ ਬਣ ਜਾਏਗਾ ਨਾ ਉਦੋਂ ਮੈਂ ਦੱਸਾਂਗਾ ਇਹਨੂੰ ਕਿ ਬੇਟਾ ਇੰਜ ਇੱਥੇ ਇਹ ਹੋਇਆ ਇੰਜ ਹੋਣਾ ਸੀ ਤੇ ਇਹਦੀ ਵਜ੍ਹਾ ਤੋਂ ਇੰਜ ਹੋਇਆ ਜੀ ਉਦੋਂ ਉਹਨਾਂ ਨੂੰ ਮੈਂ ਭਾਵਾਂਗਾ ਨਾਲ ਕਿ ਉਹ ਤੁਸੀਂ ਕੌਣ ਲੋਕ ਹੋ ਯਾਰ ਮੇਰੀ ਤਾਂ ਸਮਝੋ ਬਾਹਰ ਆ ਅੱਛਾ ਉਹ ਮੈਂ ਤੁਹਾਨੂੰ ਦੱਸਣਾ ਸੀ ਕਿ ਸਟੀਲ ਦੀਆਂ ਲੰਥਾਂ ਜਦੋਂ ਥੱਲਿਓ ਨਿਕਲੀਆਂ ਨਾ ਮਕਾਨ ਦੀਆਂ ਪਹਿਲੀਆਂ ਪਹਿਲੇ ਮਕਾਨ ਸਟੀਲ ਦੀਆਂ ਪਾਈਆਂ ਸੀ ਨਾ ਸਟੀਲ ਤਾਂ ਜੀ ਤੇਰੇ ਆਪਣੇ ਤੇਰੀਆਂ ਲੰਥਾਂ ਖਿੱਚ ਰਹੇ ਆ ਓਏ ਅੱਧੇ ਜਿਹਦੇ ਫਰੀਦ ਕੋਈ ਮਸਲਾ ਸਹੀ ਗੱਲ ਤਾਈ ਪਤਾ ਕੀ ਗੱਲ ਉਹਦਾ ਮਕਾਨ ਬਣ ਜੇ ਉਹਨੂੰ ਮਾੜਾ ਜਿਹਾ ਬਿਜ਼ਨਸ ਕੋਈ ਫੈਕਟਰੀ ਪਾ ਦਿਓ ਅਗਲਾ ਚੁੱਪ ਓਏ ਅੱਲਾ ਦੇ ਬੰਦੇ ਆ ਜਦੋਂ ਮਕਾਨ ਅਸੀਂ ਢਾਉਣਾ ਸ਼ੁਰੂ ਕੀਤਾ ਨਾ ਇੱਕ ਇੱਕ ਇੱਟ ਨੇ ਦੱਸਿਆ ਕਿ ਮੈਂ ਇਹਦੀ ਹੈ ਨਹੀਂ ਮੈਂ ਉਹਦੀ ਹਾਂ ਉਹਨੇ ਵਾਲਾਂ ਮਾਰੀਆਂ ਮੇਰੇ ਮਾਲ ਕੋ ਆ ਜਾਓ ਤੇ ਆ ਗਏ ਲੋਕੀ ਉਹਨਾਂ ਨੇ ਕਿਹਾ ਸਾਡਾ ਵਾ ਗਾਰਡਰ ਸਾਡਾ ਬੂਹੇ ਸਾਡੇ ਪੰਪ ਸਾਡਾ ਆ ਸਾਡਾ ਕੁੰਡੀ ਸਾਡੀ ਇਹਦਾ ਤਾਂ ਰਿਹਾ ਹੀ ਕੁਛ ਨੀ ਮਕਾਨ ਜਿੱਦਾਂ ਬਣਿਆ ਮੇਰਾ ਮੀਟਰ ਵੀ ਨਹੀਂ ਲੱਗਾ ਮੇਰਾ ਮੀਟਰ ਵੀ ਨਹੀਂ ਆਇਆ ਬਸ ਦੋ ਲੇਕਿਨ ਇਨਸ਼ਾਅੱਲਾ ਅਨ ਕਰੀਬ ਮੈਂ ਮੀਟਰ ਦੀ ਦਿਖਾਸ ਦਿੱਤੀ ਸਾਡੇ ਇੱਥੇ ਗੈਸ ਸਾਰੀ ਕਲੋਨੀ ਚ ਗੈਸ ਹੈਗਾ ਇੱਥੇ ਹੁਣ ਇੱਥੇ ਗੈਸ ਹੈਗਾ ਸਾਡੇ ਗੈਸ ਨਹੀਂ ਲੱਗਾ
ਮੈਂ ਤਾਂ ਨਹੀਂ ਕੀਤਾ ਸਰ ਪੂਰੀ ਦੁਨੀਆ ਪੂਰੇ ਪਾਕਿਸਤਾਨ ਅਸੀਂ ਮੁਕੱਦਰ ਕਾ ਸਿਲੰਡਰ ਬਾਲ ਲਈਦਾ ਸਰ ਪੂਰੇ ਪਾਕਿਸਤਾਨ ਚ ਗੈਸ ਬੈਨ ਵਾ ਆ ਤਾਂ ਕੋਈ ਰੋਲ ਨਹੀਂ ਅਸੀਂ ਯਾਰ ਬਜਾਏ ਦੇ ਗੈਸ ਕਿਹੜੀ ਬੈਨ ਮੀਟਰ ਬੈਨ ਹੈ ਨਾ ਕਨੈਕਸ਼ਨ ਕੋਈ ਵੀ ਨਹੀਂ ਆਹੋ ਚਲੋ ਨਹੀਂ ਲੱਗ ਰਿਹਾ ਨਾ ਇੱਕ ਮਿਸਾਲ ਕੋਟੇ ਤੇ ਲੱਗ ਰਿਹਾ ਫਰੀਦ ਕੋਟੇ ਉਹ ਜਿਹੜਾ ਮਨ ਸ਼ਾਇਦ ਦਾ ਰੋਲਾ ਮਨ ਸ਼ਾਇਦ ਉਹ ਮਨ ਸ਼ਾਇਦ ਗੱਲ ਉਹ ਕਰਿਆ ਕਰ ਜਿਹੜੀ ਕੋਈ ਮਨ ਵੀ ਲਵੇ ਮਨ ਯਾਦ ਨਹੀਂ ਹੈ ਉਸਤਾਦ ਇਹ ਮਨ ਨਹੀਂ ਮਨ ਮੰਨਣੇ ਬਲੀ ਨਹੀਂ ਕੀ ਗੱਲ ਮਨ ਮਰਜ਼ੀ ਸ਼ਾਇਦ ਦੀ ਤੂੰ ਤੇ ਗੱਲ ਕਰ ਮਨ ਸ਼ਾਇਦ ਕਿਸੇ ਨੇ ਭੇਜਿਆ ਪਰ ਤੂੰ ਗੱਲ ਉਨੀ ਕੁ ਕਰ ਲਾ ਛੱਡ ਲਾ 2 ਕਿਲੋ 4 ਕਿਲੋ ਵਾਲੀ ਵੀ ਜਿੰਨੀ ਕੁ ਅਗਲਾ ਮੰਨ ਲਵੇ ਤੇ ਗੱਲ ਤੁਰ ਪਵੇ ਵੀ ਥੋੜੀ ਸੀਰੀਅਸ ਇੱਥੇ ਤੇ ਉੱਥੇ ਉਹਨਾਂ ਨੇ ਕਹਿਣਾ ਲੈ ਯਾਰ ਇਹ ਜਦੋਂ ਗੱਲ ਬਕਵਾਸ ਸੀ ਸਾਨੂੰ ਵੀ ਫੇਕ ਕਰਤਾ ਤੇ ਤੇਰਾ ਮੇਰਾ ਬੰਦੇ ਨੇ 5 ਕਿਲੋ 4 ਦਿੱਤਾ ਉਹ ਮੈਂ ਤੁਹਾਨੂੰ ਦੇਤਾ ਸਾਰਿਆਂ ਨੂੰ ਸਾਰੇ ਨੂੰ ਨਹੀਂ ਦਿੱਤਾ ਇਕੱਲੇ ਦਾ ਉਹਨੇ ਦਿੱਤਾ ਇਕੱਲੇ ਦਾ 5 ਕਿਲੋ ਤੇਰਾ ਕਿਸੇ ਨੇ ਨਹੀਂ ਦਿੱਤਾ ਐਡੀ ਚਾਰ ਦੇ ਵਿੱਚ ਕੋਈ ਦੀ ਪ੍ਰੋਟੀਨ ਨਹੀਂ ਹੁੰਦੀ ਵੀ ਜਿਹੜੀ ਤੈਨੂੰ ਕੱਲ ਨੂੰ ਕਿਹਾ ਸੀ ਤੇਰੀ ਪਰਾਠਿਆਂ ਦੀ ਦੁਕਾਨ ਹੈ ਤੈਨੂੰ 5 ਕਿਲੋ 4 ਦੇ ਐਡਾ ਤੂੰ ਹਾਜੀ ਹੋਟਲ ਵਾਲਾ ਵੀ ਤੈਨੂੰ 5 ਕਿਲੋ 4 ਕਰਦੇ ਮੇਰੇ ਆਹੋ ਪਿੱਛੇ ਉਹ ਯਾਰ ਉਸਰਿਆਂ ਦੀ ਅਕੈਡਮੀ ਹੈ ਇੰਨਾ 4 ਤੈਨੂੰ ਚਾਹੀਦਾ ਸਹੀ ਮੈਨੂੰ ਨਹੀਂ ਦਿੱਤਾ 4 ਮੈਂ ਕਿਉਂਕਿ ਸ਼ਰਾਬੀ ਫੈਮਲੀ ਹੈ ਸਾਰੀ ਤੇਰੀ ਤੈਨੂੰ 4 ਦੇ ਦਿੱਤਾ ਸਾਰਾ ਨਹੀਂ ਖਾਂਦੇ ਨਾ ਹਸਤੇ ਨਾ 5 ਕਿਲੋ 4 ਤੁਹਾਡਾ ਦਿਲ ਖਰਾਬ ਹੁੰਦਾ ਮਰੇ 5 ਕਿਲੋ ਉਸਤਾਦ ਜੀ ਪਤਾ ਗੱਲ ਕੀ ਦੇਖੋ ਮੈਂ ਬਿਸਤਰ ਨੇ ਯਾਰ ਟਾਈਮ ਕੇ ਚੱਟ ਕੇ ਠੀਕ ਹੋ ਜਾਏ ਮੈਂ ਬਿਸਤਰ ਸੀ ਮੈਨੂੰ ਨਹੀਂ ਦਿੱਤਾ ਉਸਤਾਦ ਜੀ 4 ਮੈਨੂੰ ਤੇ ਦੇਵੋ ਬਿਸਤਰੇ ਮਰਕ ਤੇ ਸੀ ਨਹੀਂ ਬਿਸਤਰੇ ਮਰਕ ਤੇ ਨਹੀਂ ਬਿਸਤਰੇ ਰੈਸਟ ਤੇ ਹਾਂ ਬਿਸਤਰੇ ਰੈਸਟ ਪਾਣ ਸਾਰਿਆਂ ਨੂੰ ਦਿੱਤਾ ਸ਼ਾਪਰ ਚ ਜਿਨ੍ਹਾਂ ਨੇ ਭੇਜਿਆ ਸੀ ਨਾ ਅਚਾਰ ਸ਼ਹਿਦ ਠੀਕ ਹੈ ਜੀ ਉਹਨਾਂ ਨੇ ਕਹਿਆ ਜੀ ਮੇਰੇ ਲੋ ਦੇ ਦੇਣਾ ਸਾਰਿਆਂ ਨੂੰ ਮੈਂ ਦਿੱਤਾ ਮੈਂ ਦੇ ਗਿਆ ਸੀ ਇਹਨਾਂ ਨੂੰ ਹਸਪੀਟਲ ਭਾਜੀ ਸਰਫ ਨਹੀਂ ਇਹ ਮਿਲਿਆ ਸ਼ਾਇਦ ਹੀ ਸਰਫ ਨਹੀਂ ਮੈਂ ਅੱਛਾ ਸਰਫ ਦਾ ਰੌਲਾ ਕੀ ਚੱਲਦਾ ਪਿਆ ਭਾਈ ਸਰਫ ਬਹੁਤਾ ਹੀ ਚੰਗਾ ਬਣਾ ਬੈਠਿਆ ਸੀ ਉਹ ਵੇਚੇ ਨਹੀਂ ਨਹੀਂ ਵੇਖਿਆ ਤੂੰ ਉਹਦਾ ਨਿਜ਼ਾਮ ਉਹ ਵਿਕਣੀ ਨਹੀਂ ਮਤਲਬ ਮੈਂ ਉਸਮਾਨ ਨੂੰ ਕਹਿਣਾ ਭਾਈ ਨੂੰ ਮੈਂ ਕਿਹਾ ਕਿਸੇ ਕਿਸਮ ਦਾ ਕੰਪਰੋਮਾਈਜ਼ ਨਹੀਂ ਕਰਨਾ ਹੈਵੀ ਕੰਮ ਮੈਂ ਕਹਿੰਦਾ ਮੇਰੀਆਂ ਮਾਵਾਂ ਭੈਣਾਂ ਕਹਿਣ ਕਿ ਯਾਰ ਵਾਕਈ ਕੁਝ ਕੱਪੜੇ ਧੁੱਪੇ ਨੇ ਜੈਨੂਇਨ ਚੀਜ਼ ਹੋਵੇ ਉਹਨੇ ਉਹ ਹਰ ਚੀਜ਼ ਲੱਭ ਕੇ ਪਾ ਦਿੱਤੀ ਉਹ ਮਹਿੰਗਾ ਇੰਨਾ ਪੈ ਗਿਆ ਵੱਡੇ ਵੱਡੇ ਬ੍ਰਾਂਡ ਵੀ ਉਹਦੇ ਨਾਲੋਂ ਸਸਤੇ ਨੇ ਉਹਦੀ ਵਜ੍ਹਾ ਇਹ ਆ ਕਿ ਏਦਾਂ ਸਾਹ ਜੀ ਥੋੜੀ ਦੇਰ ਜ਼ਰੂਰ ਲੱਗਦੀ ਪ੍ਰੋਡਕਟ ਲੇਕਿਨ ਇਹ ਆ ਕਿ ਜਿਹੜਾ ਅੱਛਾ ਉਹ ਪੈਂਦਾ ਵੀ ਤੇ ਅੱਧਾ ਨਾ ਜਿੱਥੇ ਉਹਨੇ 50 ਗ੍ਰਾਮ ਪੈਣਾ ਨਾ ਉਹਨੇ 30 ਗ੍ਰਾਮ ਪੈਣਾ ਉਹ ਇੱਕ ਸੂਰ ਨੂੰ ਇੱਕ ਚਮਚੀ ਦੇਈਦੀ ਤੇ ਇਦਾਂ ਤਾਂ ਨਾ ਹੋਇਆ ਸਾਨੂੰ ਨਾ ਸਰਫ ਦੀਆਂ ਮਸ਼ਹੂਰੀਆਂ ਬਣਾਉਣੀਆਂ ਚਾਹੀਦੀਆਂ ਨੇ ਐਡਵਰਟਾਈਜ਼ਮੈਂਟ ਕਰੀਏ ਉਹਦੀ ਤਾਂ ਕਿ ਸਾਹ ਜੀ ਮੈਂ ਕਿਹਾ ਕਮਰਸ਼ਲਾਂ ਬਣਾਈਏ ਚੇਜ਼ੇ ਵਾਲੀਆਂ ਸਹੀ ਗੱਲ ਚੇਜ਼ੇ ਵਾਲੀਆਂ ਕਿ ਉਹਦਾ ਤੱਲਕ ਹੀ ਕੋਈ ਨਾ ਹੋਵੇ ਉਸ ਚੀਜ਼ ਨਾਲ ਸਹੀ ਗੱਲ ਤੇ ਉਹ ਕਵੇ ਕਿ ਮੈਂ ਇਧਰ ਦੇਖੋ ਜਿੱਦਾਂ ਹੁਣ ਹੈ ਇੱਕ ਬੱਚਾ ਵਾ ਉਹ ਇੰਜ ਫਰੀਦ ਕੋਲੋਂ ਲੰਘਿਆ ਤੇ ਇੰਜ ਕਰਕੇ ਇਹਦੀ ਜੇਬ ਚੋਂ ਪੈਸੇ ਕੱਢ ਕੇ ਲੈ ਗਿਆ ਤੇ ਨਾਲ ਹੀ ਲਿਖਿਆ ਜੈਸੇ ਹੀ ਆਪਕੀ ਜੇਬ ਸਾਫ ਕਰ ਰਹੇ ਐਸੇ ਸਰਫ ਕੱਪੜੇ ਸਾਫ ਕਰੇ ਏਦਾਂ ਏਦਾਂ ਦੀ ਤਸਵੀਰ ਬਣਾਈ ਯਾਰ ਨਹੀਂ ਬੰਦ ਇਹ ਹੋਣਾ ਚਾਹੀਦਾ ਡਾਕਟਰ ਆਪਰੇਸ਼ਨ ਕਰ ਰਿਹਾ ਉਹਨੇ ਦਿਲ ਕੱਢਿਆ ਦਿਲ ਬਹੁਤ ਕਾਲਾ ਹੋਇਆ ਉਹਨੂੰ ਤੇ ਸਰਫ ਟੁੱਟਿਆ ਆ ਵੀ ਉਹਨੇ ਧੋ ਕੇ ਫਿੱਟ ਕਰਤਾ ਇੰਜ ਦੀਆਂ ਸਹੀ ਹੈ ਹਨਾ ਏਦਾਂ ਦਾ ਸਾਰੀ ਹੋਟਲ ਤੇ ਤੁਸੀਂ ਬੈਠੇ ਆ ਨਹੀਂ ਨਹੀਂ ਬੇਤੁਕਾ ਵੇਟਰ ਆਵੇ ਉਹ ਖਾਣਾ ਲਿਆਵੇ ਤੁਹਾਨੂੰ ਖਾਣਾ ਲਿਆ ਕੇ ਦੇਵੇ ਤੇ ਉਹ ਕਵੇ ਕਿ ਵੀ ਮੈਂ ਜਿਵੇਂ ਸ਼ੈਂਪੂ ਹੋ ਨਾ ਸਾਡਾ ਸ਼ੈਂਪੂ ਦੀ ਮਸ਼ਹੂਰੀ ਖਾਣਾ ਤੁਸੀਂ ਕਹੋ ਯਾਰ ਖਾਣਾ ਬਹੁਤ ਅੱਛਾ ਹੈ ਤੁਹਾਡੀ ਸਰਫ ਵੀ ਅੱਛੀ ਦੀ ਉਹ ਕਵੇ ਸਰ ਹੋਣਾ ਹੀ ਹੈ ਕਿਉਂਕਿ ਮੈਂ ਹੈਪੀ ਹੇਅਰ ਇਸਤੇਮਾਲ ਕਰਤਾ ਸ਼ੈਂਪੂ ਵੀ ਤਾਂ ਤੱਲਾ ਕੀ ਕੋਈ ਨਹੀਂ ਸਹੀ ਗੱਲ ਆ ਯਾਨੀ ਬੰਦਾ ਆਪਣੇ ਸੇਹਨ ਦੇ ਵਿੱਚ ਬੈਠਾ ਤੇ ਅੱਖਾਂ ਵਿੱਚ ਲਾਈਟ ਪੈ ਰਹੀ ਆ ਉੱਤੋਂ ਦੀ ਜਹਾਜ਼ ਲੰਘਣ ਡਿਆ ਵਾ ਤੇ ਉਹ ਮਸ਼ਹੂਰੀ ਦਾ ਐਂਡ ਹੋਇਆ ਨਾ ਕਿ ਤੁਹਾਡੀ ਅੱਖੋਂ ਮੈਂ ਲਾਈਟ ਕਿਉਂ ਪੈ ਰਹੀ ਤੇ ਉਹ ਕਹਿੰਦਾ ਜਹਾਜ਼ 'ਚ ਇੱਕ ਬੰਦਾ ਸੀ ਉਹਨੇ ਇੱਕ ਸਰਫ ਨਾਲ ਸੂਟ ਧੋਤਾ ਸੂਟ ਬੜਾ ਚਮਕਣ ਡਿਆ ਉਹਦਾ ਜਹਾਜ਼ ਪਾੜ ਕੇ ਵਿੱਚੋਂ ਲਾਈਟਾਂ ਪੈ ਗਈਆਂ ਤੁਸੀਂ ਕਿਸੇ ਪਤਾ ਲੱਗੇ ਫੋਨ ਆਵੇ ਤੁਹਾਨੂੰ ਇਕਦਮ ਹੈਲੋ ਹਾਂਜੀ ਯਾਰ ਉਹ ਚਾਚੂ ਬਹੁਤ ਐਂਡ ਤੇ ਨੀ ਆਇਆ ਜਲਦੀ ਠੀਕ ਆ ਨਾ ਉਹਦੇ ਹੱਥ ਚ ਹੋਵੇ ਅਚਾਰ ਉਹ ਖਾਣ ਲੱਗਾ ਹੋਵੇ ਉਦਾਂ ਹੀ ਚੁੱਕ ਕੇ ਦੌੜ ਪਵੇ ਚਾਚੂ ਐਂਡ ਦਾ ਫਸੀਅਤ ਕਰਦਾ ਵੇ ਪੁੱਤਰ ਏਦਾਂ ਬਸ ਇੰਜ ਕਰਨ ਲੱਗੇ ਤੇ ਉਹ ਡੱਬਾ ਇੰਜ ਕਰਕੇ ਖੋਲੇ ਤੇ ਚਾਚੂ ਉੱਠ ਕੇ ਕਹੇ ਇਹ ਕੀ ਹੈ ਹਨਾ ਚਾਚੂ ਜੀ ਇਹ ਤੇ ਅਚਾਰ ਆ ਤੇ ਦੇ ਫਿਰ ਯਾਰ ਜਾਨੀ ਚਾਰ ਮੈਂ ਹਾਲ ਨੀ ਮੈਂ ਮਰਨਾ ਠਹਿਰ ਜਾਓ ਅੱਜ ਡੱਬਾ ਖਤਮ ਕਰਾਂ ਏਦਾਂ ਦੀ ਮਸ਼ਹੂਰੀ ਹੋਵੇ ਕਿ ਬੰਦਾ ਨਾ ਉਚਾਈ ਤੇ ਕਿਤੇ ਖੜਾ ਵਾ ਵੱਡੀ ਬਿਲਡਿੰਗ ਦੇ ਉੱਤੇ ਤੇ ਉੱਥੋਂ ਸਲਿੱਪ ਹੋ ਗਿਆ ਸ਼ਰ ਥੱਲੇ ਆ ਕੇ ਡਿੱਗਿਆ ਉਹਨਾਂ ਨੇ ਪੁੱਛਿਆ ਵੀ ਤੂੰ ਥੱਲੇ ਕਿੱਦਾਂ ਆਇਆ ਤੂੰ ਚੰਗਾ ਬੜਾ ਉਹਨੇ ਕਿਹਾ ਯਾਰ ਮੇਰੀ ਜੇਬ ਮੈਂ ਅਚਾਰ ਥਾ ਉਸ ਮੈਂ ਸਲਿੱਪ ਨਹੀਂ 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 ਉਹਨੇ ਕਿਹਾ ਤੂੰ ਡਿੱਗਿਆ ਕਿੱਦਾਂ ਕਹਿੰਦਾ ਜੀ ਮੈਂ ਅਚਾਰ ਇੰਜ ਖਾਧਾ ਵਾ ਮੈਨੂੰ
ਸਰੂਰ ਆਇਆ ਤਾਂ ਮੈਂ ਥੱਲੇ ਡਿੱਗ ਗਿਆ। ਆਹੋ ਇਹ ਬੜੀ ਅੱਛੀ ਚੀਜ਼ ਹੈ ਨਾ ਯਾਰ। ਇਹ ਸਾਜੀ ਇੱਕ ਬੰਦਾ ਹੋਵੇ ਵੀ ਉਹਦੇ ਟਿੰਡ ਹੋਵੇ, ਉਹਦੀ ਬਿਲਕੁਲ ਟਿੰਡ ਆ, ਤੇ ਉਹ ਇੱਕ ਦੋਸਤ ਉਹਨੂੰ ਕਵੇ ਕਿ ਯਾਰ ਆਲਾ ਫਟਾ ਸ਼ੈਂਪੂ ਇਹਦੇ ਨਾਲ ਨਹਾ। ਉਹ ਕਵੇ ਯਾਰ ਇਹ ਮੇਰੇ ਤੇ ਬਿਲਕੁਲ ਟਿੰਡ ਆ। ਉਹ ਕਵੇ ਤੂੰ ਨਹਾ ਤੇ ਸਹੀ, ਉਹ ਅੰਦਰ ਜਾਵੇ ਬਾਹਰ ਆਵੇ ਤੇ ਉਹਦੇ ਡੇਡੇ ਵਾਲ। ਅੱਛਾ ਬੰਦਾ ਇੱਕ ਜਾ ਰਿਹਾ ਭਾਈ ਤੇ ਉਹਦੇ 15 ਮਿੰਟ ਚ ਉਹਦੇ ਮਗਰ ਮਗਰ ਬਾਹਰ ਆ ਕਵੇ ਥੈਂਕ ਯੂ ਹੈਪੀ ਹੇਅਰ। ਇਹ ਵੀ ਹੁੰਦਾ ਨਾ ਸ਼ੁਕਰੀਆ ਹੈਪੀ ਹੇਅਰ। ਇੱਕ ਭਾਈ ਕੋ ਤੁਰਾਂ ਨੱਤਨ ਦੇ ਆ ਯਾਰ, ਮੈਨੂੰ ਵੀ ਕੁਛ ਵਸੀਮ ਅਕਰਮ ਲੱਭ ਕੇ ਦੇ ਸਰਫਾਸ, ਸਾਡੇ ਤੇ ਕ੍ਰਿਕਟਰ ਕੋਈ ਨੀ, ਤੁਹਾਨੂੰ ਨਸੀਮ ਸਾਦਿਕ ਲੱਭ ਦਿੰਦੇ। ਉਸਤਾਦ ਜੀ ਇੱਦਾਂ ਦੀ ਮਸ਼ਹੂਰੀ ਹੋਵੇ ਕਿ ਬੰਦਾ ਕਿਸੇ ਨੇ ਨਾ ਚੌਧਰੀ ਨੇ ਕਤਲ ਕਰਤਾ ਵਾ ਤੇ ਉੱਧਰੋਂ ਪੰਚਾਇਤ ਬੈਠੀ ਆ ਤੇ ਉਹਨਾਂ ਨੇ ਵੀ ਆਪਣੀਆਂ ਬੰਦੂਕਾਂ ਕੱਢ ਲਈਆਂ, ਇੱਕ ਦੂਸਰੇ ਦੇ ਪਿਸਟਲ ਤਾਣੇ ਆ ਤੇ ਵਿੱਚੋਂ ਇੱਕ ਬੰਦਾ ਕਵੇ ਸੁਲਾਹ ਕਰੋ ਜਾਨੀ ਅਚਾਰ, ਉਹਦੀ ਸੁਲਾਹ ਹੋਈ ਅਚਾਰ ਤੋਂ। ਨਹੀਂ ਨਹੀਂ ਸੁਲਾਹ ਤੋਂ ਆ ਕਰਤਾ ਉਸਤਾਦ ਜੀ, ਕੁੜੀ ਰੁੱਸ ਕੇ ਤੇ ਘਰ ਚਲੀ ਗਈ ਮਾਪਿਆਂ ਲਈ, ਚਾਰ ਬੱਚੇ ਨੇ ਤਲਾਕ ਤਾਂ ਗੱਲ ਪੈ ਪਹੁੰਚ ਗਈ। ਉਹਨਾਂ ਨੇ ਆਖਰੀ ਤੇ ਉਹਨਾਂ ਨੇ ਜੱਜ ਨੇ ਕਿਹਾ ਵੀ ਵੀ ਆਖਰੀ ਦੇਖ ਲਓ ਕਿ ਕੋਈ ਸ਼ਰਤ ਕੋਈ ਗੱਲਬਾਤ ਮੁੰਡੇ ਵਾਲੇ ਨੂੰ। ਉਹਨਾਂ ਨੇ ਕਿਹਾ ਜੀ ਕੁੜੀ ਦੀ ਮਾਂ ਦੇ ਕੋਲ ਨਾ ਅਚਾਰ ਆਇਆ ਇੱਕ ਪਿਆ ਡੱਬਾ ਅਲਮਾਰੀ ਦੇ ਵਿੱਚ, ਉਹ ਡੱਬਾ ਅੱਧਾ ਅੱਧਾ ਕਰ ਲੈਣਾ ਸੀ ਕੁੜੀ ਫਸਾ ਇੰਜ ਦੀ ਮਸ਼ਹੂਰੀ ਭਾਜੀ। ਇੰਜ ਕਰਕੇ ਕੁੜੀ ਜਾ ਰਹੀ ਹੈ ਤੇ ਮਗਰ ਬੰਦੇ ਘੋੜਿਆਂ ਤੇ ਉਹਨਾਂ ਨੇ ਕੋਬੋਏ ਵਾਲੇ ਹੈਟਸ ਪਾਏ ਆ ਤੇ ਗੰਨਾ ਫੜੀਆਂ ਤੇ ਉਹਨੂੰ ਦਰਿਆ ਲੈ ਕੇ ਜਾ ਰਹੇ ਕੁੜੀ ਨੂੰ ਤੇ ਨਾਲ ਹੱਸਦੇ ਜਾ ਰਹੇ ਆ। ਉੱਥੇ ਅੱਗੇ ਜਾ ਕੇ ਦੇਖਦੇ ਆ ਦਰਿਆ ਦੇ ਸਾਹਲ ਤੇ ਭਾਈ ਨਾਲ ਸਰਫ ਪਿਆ ਤੇ ਕੁੜੀ ਨੂੰ ਪਸਤੌਲ ਕਰਕੇ ਕਹਿੰਦੇ ਇਹਦੇ ਨਾਲ ਧੋ ਕੇ। ਯਾਰ ਏਦਾਂ ਵੀ ਹੋ ਸਕਦਾ ਨਾ ਵੀ ਜੰਗ ਲੱਗੀ ਫੌਜਾਂ ਦੋਵੇਂ ਆਹਮਣੇ ਸਾਹਮਣੇ, ਤਲਵਾਰਾਂ ਨੇਜ਼ੇ ਚੱਲ ਰਹੇ ਆ ਤੇ ਇੱਕ ਬੰਦਾ ਆਣ ਕੇ ਨਾ ਤੇ ਉਹ ਲੁਕਿਆ ਹੋਇਆ ਵਾ ਤੇ ਉਹਨੂੰ ਕਹਿੰਦਾ ਬਾਹਰ ਨਿਕਲ, ਉਹ ਬਾਹਰ ਨਿਕਲ ਕੇ ਕਹਿੰਦਾ ਜਾਨੀ ਆ ਚਾਰ, ਤੁਹਾਨੂੰ ਕਹਿੰਦਾ ਜਾ ਤੈਨੂੰ ਮਾਫ਼ ਕਰ। ਇੰਜ ਕਰਕੇ ਜੰਗ ਜਿੱਤ ਕੇ ਨਾ ਫੌਜੀ ਬਾਹਰ ਆਇਆ ਤੇ ਉਹਦੀ ਤਲਵਾਰ ਤੇ ਮੱਖੀਆਂ ਬੈਠੀਆਂ। ਕਿਉਂ? ਜਾਨੀ ਸ਼ਾਇਦ ਲੱਗਾ ਸੀ ਚਾਰ ਪੈਣਾ ਨਵਾਂ ਸ਼ੁਰੂ ਹੋਣਾ ਤੇ ਮਾਸ਼ਾਅੱਲਾ ਉਹ ਐਸਾ ਯਾਰ ਸਾਜੀ ਇਹ ਗੱਲ ਹੁੰਦੀ ਹੈ ਹੁਣ ਹੋ ਪਤਾ ਕੀ ਰਿਹਾ ਜੈਨੂਇਨ ਗੱਲ ਹੈ। ਜਿਹੜਾ ਪਿਛਲੇ ਸਾਲ ਜਿਹਨੇ 1 ਕਿਲੋ ਮੰਗਾਇਆ ਸੀ ਨਾ ਉਹਨੇ ਇਸ ਸਾਲ 5 ਕਿਲੋ ਮੰਗਾਇਆ ਸੀ, ਜਿਹੜਾ ਸਾਲ ਲੰਘ ਗਿਆ ਅਗਲੇ ਸਾਲ ਉਹਦਾ 10 ਕਿਲੋ ਦਾ ਆਰਡਰ ਆ। ਪਰ ਅੱਗੇ ਤੋਂ ਅੱਗੇ ਅੱਗੇ ਤੋਂ ਜਿਹੜਾ ਖਾਂਦਾ ਘਰ ਮਹਿਮਾਨ ਆ ਇਹ ਕੀ ਆ ਨਾ ਜੀ ਇੱਥੋਂ ਐਸਾ। ਅੱਛਾ ਫਿਰ ਉਹ ਕਹਿੰਦੇ ਇਹ ਸਾਨੂੰ ਵੀ ਮੰਗਾ ਦੇਈ, ਆਪ ਨੇ ਉਹ ਕਹਿੰਦੇ ਚੱਲ ਤੁਸੀਂ ਤਾਂ ਮੰਗਾਇਆ ਨਾ ਤੁਹਾਨੂੰ ਪਤਾ ਸਾਨੂੰ ਵੀ ਮੰਗਾ ਦੇ, ਉਹ ਫਿਰ 5 ਕਿਲੋ ਮੰਗਾ ਲੈਂਦੇ 1 ਕਿਲੋ ਦੇ। ਤੁਹਾਨੂੰ ਲੱਗਦਾ ਕਿ ਪ੍ਰੋਡਕਟ ਦੀ ਕੁਆਲਿਟੀ ਦੇ ਹਿਸਾਬ ਨਾਲ ਚੀਜ਼ ਵਿਕਣ ਡਈ ਆ ਤੁਹਾਡੇ ਨਾਮ ਦੀ ਜ਼ਿਆਦਾ? ਕੁਆਲਿਟੀ ਨਹੀਂ ਨਹੀਂ ਮੇਰੇ ਨਾਂ ਦੀ ਵਜ੍ਹਾ ਇਹ ਆ, ਸ਼ੁਕਰ ਰੱਬ ਦਾ ਨਾਮ ਰੱਬ ਦਾ, ਸਿਰਫ ਗੱਲ ਇਹ ਹੈ ਕਿ ਮੇਰੇ ਨਾਮ ਦੀ ਵਜ੍ਹਾ ਤੋਂ ਇੱਕ ਵਾਰੀ ਕੋਈ ਲੈ ਲੇਗਾ, ਟਰਸਟ ਕਰ ਦੂਜੀ ਵਾਰੀ ਪ੍ਰੋਡਕਟ ਨੇ ਆਪ ਮਜਬੂਰ ਕਰਨਾ। ਕੋਈ ਨੀ ਹੁੰਦਾ, ਮੇਰੀ ਵਜ੍ਹਾ ਤੋਂ ਇੱਕ ਵਾਰੀ ਟਰਾਈ ਕਰ ਲੈਣਗੇ, ਇੱਕ ਵਾਰੀ ਮੰਗਾ ਲੈਣਗੇ, ਦੂਜੀ ਵਾਰੀ ਉਹ ਮੈਨੂੰ ਕੀ ਪਤਾ ਕਿੰਨੇ ਨਹੀਂ ਮੰਗਾਇਆ, ਮੈਂ ਕਿਹੜਾ ਉਹਨਾਂ ਕੋਲ ਗਿਲਾ ਕਰ ਲੈਣਾ ਯਾਰ ਬਿਲਕੁਲ। ਲੇਕਿਨ ਦੂਜੀ ਵਾਰੀ ਪ੍ਰੋਡਕਟ ਜਿਹੜੀ ਨਾ ਤੁਹਾਡੀ ਉਹ ਆਪ ਮਜਬੂਰ ਕਰੇਗੀ, ਮਜਬੂਰ ਕਰਦੀ। ਪਿਛਲੀ ਵਾਰੀ ਮੈਂ 10 ਕਿਲੋ ਲਿਆਂਦਾ ਸੀ, ਐਤਕੀ 20 ਕਿਲੋ ਰੁਕ ਗਿਆ, ਠੀਕ ਹੈ ਹੁਣ ਕਦੋਂ ਪੈਣਾ ਨਮਾਜ਼ ਦਾ ਯਾਰ? ਤੇਰੇ ਹੁਣ ਹੀ ਪੈਣਾ ਵਾ, ਇੱਕ ਸਕਿੰਟ ਚ ਤੇਰੇ ਪੈਣਾ ਵੇਖੀ, ਐਸਾ ਚਾਰ ਤੇਰੇ ਪੈਣਾ। ਮਸੀ ਮਸੀ ਠੀਕ ਹੋਇਆ, ਇਹਨੇ ਵੀ ਅਚਾਰ ਸ਼ੁਰੂ ਕੀਤਾ, ਇਹਨੇ ਇੱਕ ਬੰਦੇ ਨੂੰ 10 ਕਿਲੋ ਭੇਜਿਆ, ਉਹਨੇ ਅਗਲੇ ਦਿਨ ਮੇਲ ਕੀਤੀ, ਉਹਨੇ ਕਿਹਾ ਮੈਂ ਤੇ ਲੈਣਾ ਨੀ, ਮੈਂ ਕਿਸੇ ਹੋਰ ਨੂੰ ਵੀ ਲੈਣ ਦਿਆ ਤੇ ਮੈਂ ਆਰਾਮ ਦੋ ਹੋਇਆ। ਤੂੰ ਕਰ ਸਹੀ ਗੱਲ ਜੀ, ਮੈਂ ਤੁਹਾਨੂੰ ਇੱਕ ਵੀਡੀਓ ਵਿਖਾਉਣੀ ਆ, ਤੁਹਾਡੀਆਂ ਇੱਥੇ ਬਾਜ਼ੀਆਂ ਨਾ ਪੈ ਜਾਣ ਤੇ ਗੱਲ ਕਰਨਾ, ਤੁਸੀਂ ਬਾਜ਼ੀਆਂ ਪੈ ਜਾਣਗੀਆਂ ਤੁਹਾਡੀਆਂ ਹੱਸ ਹੱਸ ਕੇ। ਯਾਰ ਕੀ ਐਲਮ ਹੋਇਆ ਕਿ ਰਾਤੀ ਮੈਨੂੰ ਜਿਸ ਬੰਦੇ ਨੇ ਵਹਾਈ ਹੈ ਨਾ, ਮੈਂ ਸਿਰਫ ਵੇਖੀ ਹੈ ਤੇ ਉਸ ਤੋਂ ਬਾਅਦ ਮੈਂ ਡਿੱਗ ਪਿਆ ਤੇ ਤੂਰੇ ਹੋ ਗਏ, ਅੱਖਾਂ ਚੋਂ ਪਾਣੀ, ਨੱਕ ਚੋਂ ਵੇਖੀ ਮੈਂ ਬਹੁਤ ਹੱਸਿਆ। ਲਓ ਜੀ ਅਸੀਂ ਕੱਲ ਸ਼ੂਟ ਕਰਨ ਗਏ ਹਾਂ, ਸ਼ੂਟ ਕਰਨ ਗਏ ਹਾਂ ਤੇ ਨਾ ਸਾਡੇ ਕੋਲ ਇੱਕ ਕਰੈਕਟਰ ਨੇ ਬਹਾਦਰ ਸਾਹਿਬ, ਉਹ ਸਾਡੇ ਕੋਲ ਉਹ ਨਹੀਂ ਸੀ ਹੁੰਦਾ ਉਸਤਾਦ ਜਵੇਦ, ਉਹ ਦੋ ਕਰ ਲਓ ਯਾਨੀ ਡਬਲ ਕਰ ਲਓ ਉਹਨੂੰ, ਇਕੱਲਾ ਹੀ ਕਰੈਕਟਰ ਆ।
ਬਹਾਦਰ ਉਹਦਾ ਨਾਮ ਆ। ਮੈਂ ਕਿਹਾ ਬਹਾਦਰ ਤੂੰ ਇੱਥੇ ਬੈਠਾ ਰਹਿਣਾ, ਤੂੰ ਪਿੱਛੇ ਚੱਲ ਜਾ। ਉੱਥੇ ਸਾਹ ਜੀ ਬਿੱਲੀ ਆਉਂਦੀ ਜਾਂਦੀ ਆ, ਪਤਾ ਕੀ ਗੱਲ, ਉਹਨੇ ਬੱਚੇ ਦਿੱਤੇ ਆ ਵੀ ਕਿਸ ਦਿਨ ਮੈਨੂੰ ਪੈ ਗਈ ਨਾ। ਮੈਂ ਹੁੰਦੀ ਆ ਕਿ ਨਹੀਂ ਹੁੰਦੀ, ਐਵੇਂ ਮੇਰੇ ਕੱਪੜੇ ਗਿੱਲੇ ਤੇ ਬਹਾਦਰ ਆ ਤੇ ਹਰ ਕੰਮ ਉਹ ਆ ਜਿਹੜਾ ਬਹਾਦਰ ਦਾ ਨਹੀਂ ਹੁੰਦਾ। ਤੇ ਉਹ ਵੀ ਲੱਕੜ ਦਾ ਕਾਰੀਗਰ ਆ ਨਾ, ਤੇ ਸੁਭਾਨ ਅੱਲਾ ਉਹ ਜੁਵੇਦ ਤੋਂ ਵੀ ਅਗਲੀ ਦੁਨੀਆ ਵਾ। ਮੁਗਲ ਨਹੀਂ, ਮੁਗਲ ਨਹੀਂ ਹੈਗਾ, ਪਤਾ ਨਹੀਂ ਕੌਣ ਲੱਕੜ ਦਾ ਕਿਵੇਂ ਕਰਦਾ। ਮੁਗਲ ਨਹੀਂ ਆ, ਚੀਮਾ। ਅੱਛਾ, ਉਹ ਚੀਮਾ ਸਾਹਿਬ ਸਹੀ ਚੀਮੇ ਇਹਦੇ ਹੀ ਸੀ। ਗੱਲ ਤਾਂ ਦੱਸੋ ਜਿਹੜੀ ਹੋਈ। ਉਸਤਾਦ ਜੀ ਉਹ ਸ਼ੂਟ ਕਰਨ ਗਏ ਆ ਤੇ ਹੁਣ ਉਹ ਨਾ ਕਿਸੇ ਦੌਰ 'ਤੇ ਥੀਏਟਰ ਸਟੇਜ ਕਰਦਾ ਰਿਹਾ ਵਾ, ਜੈਨੂਇਨ ਕਰਦਾ ਰਿਹਾ, ਬਹੁਤ ਕੀਤਾ ਉਹਨੇ ਮਸਤਾਨਾ ਸਾਹਿਬ ਨਾਲ, ਤਾਰਕ ਜੀ ਸਾਹਿਬ ਨਾਲ, ਹਾਂ ਇਸ ਦੌਰ ਦਾ। ਤੇ ਹੁਣ ਕੱਲ੍ਹ ਨੂੰ ਸ਼ੂਟ ਕਰਦੇ ਤੇ ਉਰਦੂ ਦੀ ਹੈ ਨਹੀਂ, ਤੇ ਉਹਨਾਂ ਦਾ ਰੋਲ ਇਹਦਾ ਇਹ ਆ ਕਿ ਆਪਣਾ ਨਹੀਂ ਜਿਹੜਾ ਮੈਰ, ਇਹਨੂੰ ਉਹਨੇ ਕੁੱਟਦੇ ਕੁੱਟਦੇ ਨੂੰ, ਇਹਦਾ ਪੁੱਤਰ ਬਣਿਆ, ਅਤੇ ਇਹਨੂੰ ਕੁੱਟਦੇ ਕੁੱਟਦੇ ਨੂੰ ਉਹਨੇ ਘਰੋਂ ਲਿਆ ਕੇ ਕਹਿਣਾ ਮਾਰਦੇ ਨੂੰ, ਤੂੰ ਕਿਤੇ ਮਰ ਜਾ, ਤੇਰੇ ਨਾਲ ਨਸ਼ਾ ਕਰਦਾ, ਤੂੰ ਨਸ਼ਾ ਕਰਤੇ ਹੋ, ਇਸੇ ਬਿਹਤਰ ਹੈ ਕਿ ਤੂੰ ਮਰ ਜਾਤੇ। ਤੇ ਹੁਣ ਉਰਦੂ ਬੋਲ ਰਿਹਾ ਤੇ ਉਰਦੂ ਦੇ ਵਿੱਚ ਵਿੱਚ ਉਹਨੇ ਇੱਕ ਡਾਇਲੋਗ ਕਿਹਾ, ਉਹਨੇ ਇੰਨਾ ਕਿਹਾ ਵਾ ਕਿ ਤੁਮਸੇ ਤੋ ਅੱਛਾ ਥਾ ਕਿ ਮੈਂ ਕੀ ਨਾ ਲਈਦਾ, ਮੇਰੇ ਬੇਟੀ ਪੈਦਾ। ਕੱਲ ਪਰਸੋਂ ਨਾ ਮਾਮੀ ਮੇਰੀ ਉਹ ਆਉਣ ਡੇ ਤੇ ਉਹਨੂੰ ਨਾ ਉਹਨੂੰ ਕਿਤੇ ਭੂੰਡ ਨੀ ਹੁੰਦਾ ਜਿਹੜੇ ਪੀਲੇ, ਉਹ ਭੂੰਡ ਲੜ ਗਿਆ ਤੇ ਉਹਨੂੰ ਹੁਣ ਨਾ ਹਾਏ ਵੇ ਕਹਿੰਦੇ ਮੇਰੇ ਭੂੰਡ ਲੜ ਗਿਆ। ਮੁੰਡਾ ਦਾ ਵੱਡਾ ਕਹਿੰਦਾ ਚਲੋ ਕੋਈ ਨੀ ਅੰਮੀ ਇਹਨਾਂ ਦਾ ਭੂੰਡਾ ਦਾ ਸੀਜ਼ਨ ਸੂਜ਼ਨ ਹੁੰਦਾ, ਕਹਿੰਦੀ ਵੀ ਲੱਖ ਲਾਂਦੇ ਭੂੰਡ ਵਾਜਿਆ ਵਾਲਿਆ ਉਹਨਾਂ ਦਾ ਸੀਜ਼ਨ ਹੁੰਦਾ ਨਾ ਵਿਆਹਾਂ ਦਾ। ਮੇਰੇ ਉਸਤਾਦ ਜੀ ਨੇ ਇੱਥੇ ਗੱਲ ਕੀਤੀ ਸੀ ਹਸਤੀ ਹਸਤੀ ਵਾਲੀ, ਉਹ ਵੀ ਗੱਲ ਲੜੀ ਸੀਗੀ ਮੈਂ ਤੁਹਾਨੂੰ ਇੱਕ ਬੜੀ ਮਜ਼ੇ ਦੀ ਗੱਲ ਹੋਰ ਸੁਣਾਉਣਾ ਉਸਤਾਦ ਜੀ। ਉਸਤਾਦ ਜੀ ਫੈਸਲ ਰਾਮੇ ਥੀਏਟਰ ਕਰ ਰਿਹਾ ਤੇ ਉਹਦੇ ਚ ਨਾ ਤਿੰਨ ਚਾਰ ਪੁੱਤਰ ਨੇ ਤੇ ਇੱਕ ਰਾਈ ਸਾਹਿਬ ਬਹੁਤ ਹੋ ਗਏ ਨੇ, ਸਰਵਰ ਰਾਈ ਸਾਹਿਬ, ਉਹ ਬਾਪ ਬਣੇ ਨੇ। ਤੇ ਹੁਣ ਇੱਕ ਭੁਲੇਖੇ ਵਾਲੀ ਗੱਲ ਆਉਣੀ ਹੈ, ਮਤਲਬ ਬਾਪ ਨੂੰ ਤਾਂ ਨਹੀਂ ਉਹਨਾਂ ਨੇ ਕੁਛ ਕਿਹਾ, ਲੇਕਿਨ ਭੁਲੇਖਾ ਇਹ ਆ ਕਿ ਵੀ ਉਹਨਾਂ ਦੇ ਘਰ 'ਚ ਕਿਤੇ ਚੋਰ ਹੁੰਦਾ ਵਾ ਤੇ ਉਹ ਬਾਪ ਨੂੰ ਸਮਝ ਲੈਂਦੇ ਕਿ ਇਹ ਚੋਰ ਆ, ਮਤਲਬ ਉਹਨਾਂ ਨੇ ਪਤਾ ਸਾਡਾ ਪਿਓ ਆ, ਹਨੇਰੇ ਟੈਪ ਦੇ ਵਿੱਚ ਨਾ ਉਦੋਂ ਉੱਤੇ ਚੱਦਰ ਪਾ ਦਿੰਦੇ, ਚੱਦਰ ਪਾ ਕੇ ਤੈਨੂੰ ਕੁੱਟਣ ਲੱਗ ਪੈਂਦੇ ਨੇ। ਹੁਣ ਤੇ ਹਾਲ 'ਚ ਇੱਕ ਵਿਚਾਰਾ ਮਾਸੂਮ ਆਦਮੀ ਬੈਠਾ,
ਜਿਹਨੂੰ ਨਹੀਂ ਪਤਾ ਵੀ ਇਹ ਕੀ ਕਰ ਰਹੇ ਨੇ ਤੇ ਉਹਨੇ ਚਾਦਰ ਪਾਈ ਹੈ ਇਹਨਾਂ ਨੇ ਉੱਤੇ ਚਾਦਰ ਪਾ ਕੇ ਕੁੱਟਣ ਦੇ ਤੋਂ ਕਹਿੰਦਾ ਓਏ ਤੁਹਾਡਾ ਪਿਓ ਜੀ ਓਏ ਓਏ ਉਹ ਬਗੈਰ ਤੋਂ ਤੁਹਾਡਾ ਪਿਓ ਜੀ ਓਏ ਚੋਰ ਨੀਗਾ ਉਹ ਤੁਹਾਡਾ ਪਿਓ ਜੀ ਓਏ ਉੱਤੇ ਆ ਗਿਆ ਸਟੇਜ ਦੇ ਉੱਤੇ ਚੜਾ ਆ ਓਏ ਤੁਹਾਡਾ ਪਿਓ ਆ ਦੇਖੋ ਦੂਰੇ ਹੋਏ ਤੇ ਉਹ ਕਹਿੰਦਾ ਪਿਓ ਜੇ ਤੁਸੀਂ ਆਪਣੇ ਕਹਿੰਦਾ ਪਿਓ ਤੇ ਨੀ ਨੰਬਣੇ ਤੁਸੀਂ ਕਿਤੇ ਤੇ ਨੀ ਹੋ ਸਕਦਾ ਮੈਂ ਕਿਹਾ ਯਾਰ ਡਰਾਮੇ ਚ ਪਿਓ ਹੈ ਸਾਡਾ ਠੀਕ ਹੈ ਨਹੀਂ ਨਹੀਂ ਬੜੀ ਬੜੀ ਦੁਨੀਆਂ ਫਰੀਦ ਬੜੇ ਬੜੇ ਲੋਕ ਸਿੱਧੇ ਹੈਗੇ ਨੇ ਯਾਰ ਮੈਂ ਬੜਾ ਸਿੱਧਾ ਸੀਗਾ ਯਾਰ ਮੈਂ ਅੱਗੇ ਉਸ ਦਿਨ ਉਸਤਾਦ ਜੀ ਵਾਕਿਆ ਦੱਸ ਰਿਹਾ ਸੀਗਾ ਆਪਣਾ ਜਦੋਂ ਮੈਨੂੰ ਸਟਾਰਟ ਤੇ ਨਾ ਜਿਸ ਬੰਦੇ ਨੂੰ ਐਕਟਰ ਬਣਨ ਦਾ ਸ਼ੌਕ ਹੁੰਦਾ ਨਾ ਫਰੀਦ ਤੇ ਜਿਹੜਾ ਵੀ ਬੰਦਾ ਕਹਿੰਦੇ ਨਾ ਕਿ ਯਾਰ ਇਹਦਾ ਡਾਇਰੈਕਟਰ ਵਾਕਫ ਹੈ ਫਿਰ ਉਹਦੇ ਕੋਲੋਂ ਹੁੰਦਾ ਕਲੋਜ਼ ਹੁੰਦਾ ਹੈਗਾ ਉਹਨੂੰ ਦੱਸਦਾ ਹੈਗਾ ਕਿ ਯਾਰ ਮੈਨੂੰ ਚਾਂਸ ਮਿਲੇ ਮੈਨੂੰ ਵੀ ਚਾਂਸ ਮਿਲੇ ਉਸਤਾਦ ਜੀ ਇੱਕ ਦਫ਼ਤਰ ਮੈਂ ਬੈਠਾ ਹੁੰਦਾ ਸੀਗਾ ਨਾ ਉੱਥੇ ਇੱਕ ਮੈਡਮ ਆਏ ਤੇ ਉਹ ਜਿਹੜਾ ਹੈ ਨਾ ਦਫ਼ਤਰ ਦਾ ਮਾਲਕ ਸੀਗਾ ਨਾ ਉਹ ਕਹਿੰਦਾ ਫੈਸਲ ਮੈਡਮ ਵੱਡੀ ਦੁਨੀਆ ਕਹਿੰਦੀ ਇਹ ਕੌਣ ਹੈ ਮੈਂ ਕਹਿੰਦਾ ਜੀ ਇਹ ਫੈਸਲ ਆ ਮੈਨੂੰ ਐਕਟਰ ਬਣਨ ਦਾ ਬਹੁਤ ਸ਼ੌਕ ਹੈ ਕਹਿੰਦੀ ਤੂੰ ਠੀਕ ਹੈ ਮੈਂ ਨੂਰ ਕੋ ਬੋਲ ਦਿੱਤੀ ਹੂੰ ਮੈਂ ਕਿਹਾ ਨੂਰ ਕਿਹੜਾ ਸੈਦ ਨੂਰ ਮੈਂ ਕਿਹਾ ਸੈਦ ਨੂਰ ਮੈਂ ਕਿਹਾ ਮੈਡਮ ਤੁਹਾਡੀ ਮਿਹਰਬਾਨੀ ਮੈਂ ਉਸਤਾਦ ਜੀ ਅੱਲਾ ਜਾਲਾ ਦਾ ਮੈਂ ਪੈਰਾਂ 'ਚ ਮੈਂ ਕਿਹਾ ਮੈਨੂੰ ਚਾਂਸ ਦਵਾ ਦੇ ਉਹ ਨਹੀਂ ਠੀਕ ਹੈ ਕਹਿੰਦੀ ਉੱਠੋ 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 ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਮੈਂ ਬੋਲ ਦਿੱਤੀ ਨਹੀਂ ਹੁਣ ਮੈਨੂੰ ਕਰੈਕਟਰ ਕਹਿੰਦਾ ਮੈਡਮ ਆਏ ਤੂੰ ਸੇਵਾ ਸੁਵਾ ਦੇ ਕਰੂ ਜਾਂ ਚਾਹ ਲਿਆ ਕੋਈ ਭੱਲੇ ਭੁੱਲੇ ਹੋਏ ਹਾਂਜੀ ਮੈਂ ਉਸਤਾਦ ਜੀ ਥੱਲੇ ਛੁੱਟੋ ਛੂਟ ਗਿਆ ਭੱਲੇ ਚਾਟ ਦੋ ਤਿੰਨ ਸਮੋਸੇ ਉਹ ਮੈਂ ਲੈ ਆਉਂਦਾ ਮੈਡਮ ਦੀ ਮੈਂ ਸੇਵਾ ਕਰ ਰਿਹਾ ਵਾਂ ਮੈਡਮ ਕਹਿੰਦੀ ਮੈਂ ਕਰ ਲਿੱਤੀ ਹੂੰ ਕਾਲ ਉਦੋਂ ਨਾ ਟੈਂਗੋ ਦੇ ਸੈੱਟ ਹੁੰਦੇ ਸੀ ਸੋਨੀ ਰਿਕਸ਼ਨ ਦੇ ਆਹੋ ਮੈਂ ਕਾਲ ਕਰ ਲਿੱਤੀ ਮੇਰੇ ਪਾਸ ਬੈਲੈਂਸ ਵਗੈਰਾ ਨਹੀਂ ਹੈ ਤੋ ਕਾਰਡ ਤੋਂ ਲੈ ਕੇ ਆਉਣਾ ਇੱਕ ਮੈਂ ਉਸਤਾਦ ਜੀ 620 ਰੁਪਏ ਦਾ ਕਿ 650 ਰੁਪਏ ਦਾ ਉਸ ਦੌਰ 'ਚ ਕਾਰਡ ਸੀਗਾ ਮੈਂ ਗਿਆ ਮੈਂ ਆਪਣੀ ਅੰਮੀ ਨੂੰ ਕਿਹਾ ਮੈਂ ਕਿਹਾ ਅੰਮੀ ਜ਼ਿੰਦਗੀ ਦੇ ਵਿੱਚ ਚਾਂਸ ਮਿਲਿਆ ਤੇ ਇੰਨੇ ਪੈਸੇ ਚਾਹੀਦੇ ਆਹੋ ਤੇ ਮੈਂ ਫਰੀਦ ਆਉਣਾ ਉਸਤਾਦ ਜੀ ਮੈਂ ਅੰਮੀ ਕੋਲੋਂ ਪੈਸੇ ਲਏ ਮੈਂ ਉਹਨੂੰ ਭਾਈ ਉਹ ਟੈਂਗੋ ਦਾ ਕਾਰਡ ਲਿਆ ਕੇ ਦਿੱਤਾ ਮੈਂ ਕਿਹਾ ਨਾ ਮੈਡਮ ਉਹਨੇ ਕਰਕੇ ਤੇ ਹੁਣ ਮਿਲਾਉਣ ਡੇ ਨੰਬਰ ਦੇ ਨੂਰ ਸਾਹਿਬ ਦਾ ਨੰਬਰ ਬੰਦ ਹੈਗਾ ਕੋਈ ਬਾਤ ਨਹੀਂ ਕਹਿੰਦੀ ਮੈਂ ਕੱਲ੍ਹ ਕਰੂੰਗੀ ਮੈਂ ਬਾਤ ਕਰ ਲੂੰਗੀ ਤੂੰ ਟੈਨਸ਼ਨ ਨਾ ਲਓ ਮੈਂ ਕੱਲ੍ਹ ਆਉਣਾ ਮੈਨੇ 12:00 ਗਰਾਊਂਡ ਬੋਰਡ ਤੋਂ ਫੈਸਲ ਤੂੰ ਟੈਨਸ਼ਨ ਨਾ ਲਓ ਤੂੰ ਬਸ ਤਿਆਰੀ ਕਰੋ ਆਪਣੇ ਪੈਕਿੰਗ ਪੂਕਿੰਗ ਕੱਪੜੇ ਕੁੱਪੜੇ ਵਗੈਰਾ ਜੀ ਉਹ ਐਕਟਿੰਗ ਆਤੀ ਹੈ ਨਾ ਮੈਂ ਕਿਹਾ ਹਾਂ ਕੁਛ ਕਰਕੇ ਦਿਖਾਓ ਮੈਂ ਉਹ ਗੋਵਿੰਦੇ ਵਾਲੇ ਡਾਈਲਾਗ ਹਾਂ ਹਾਂ ਮੈਂ ਮੁਜਰਮ ਮੁਜਰਮ ਕੋਈ ਕਾਲੀ ਦੁਨੀਆ ਦਾ ਨਾਮ ਸੁਣ ਕੇ ਲੋਕ ਕਾਮਨੇ ਲੱਗਤੇ ਹੈ ਗਰੀਬ ਹੋਣਾ ਸਭ ਤੋਂ ਬੜਾ ਜੁਰਮ ਹੈ ਜੀ ਉਹ ਇਹ ਮੈਂ ਡਾਈਲਾਗ ਯਾਦ ਸੁਣਾਏ ਉਹਨੂੰ ਤੇ ਉਹ ਕਹਿੰਦੀ ਉਹ ਵੈਰੀ ਗੁੱਡ ਐਕਸੀਲੈਂਸ ਸ਼ੁਕਰ ਹੈ ਸੈਦ ਨੂਰ ਵੀ ਕਹੇਗਾ ਕਿ ਕੋਈ ਅੱਛਾ ਲੜਕਾ ਭੇਜਿਆ ਮੈਂ ਹੁਣ ਹੋਰ ਮੈਂ ਠੀਕ ਹੈ ਫਰੀਦ ਹੁਣ ਅਗਲੇ ਦਿਨ ਲੜਾ ਹੋਇਆ ਉਹ ਸਾਡੀ ਅਗਲੇ ਦਿਨ ਮੈਂ ਹੁਣ ਵੇਟ ਕਰਨ ਡਿਆ ਮੈਡਮ ਜੀ ਨਹੀਂ ਆਇਆ ਮੈਡਮ ਦੋ ਕੁ ਵੇ ਨਾ ਆਏ ਨੇ ਉਹਨੇ ਆਉਂਦਿਆਂ ਕਿਹਾ ਕਿ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਹੈ ਫੈਸਲ ਮੈਨੂੰ ਕੀ ਹੈ ਬਾਅਦ ਮੈਂ ਬਤਾਤੀ ਹੂੰ ਲੇਕਿਨ ਮੇਰਾ ਨਾ ਪੀਪੀ ਲੋ ਭੁੱਖ ਲੱਗੀ ਹੋਈ ਹੈ ਤੋ ਐਸਾ ਕਰੋ ਨਾ ਹੁਣ ਡਿਸਪਲਿਨ ਲੈ ਕੇ ਆਓ ਚਾਹੇ ਲਿਆ ਨਾ ਔਰ ਨਾ ਕੋਈ ਬਿਰਿਆਨੀ ਵਗੈਰਾ ਲੈ ਕੇ ਆਓ ਮਤਲਬ ਮੈਂ ਕਿਹਾ ਤੋ ਅੱਜ ਮੈਂ ਛੂਟੋ ਛੂਟ ਗਿਆ ਮੈਂ ਕਿਹਾ ਕਾਰ ਮੈਂ ਕਿਹਾ ਅੰਮੀ ਆਖਰੀ ਵਾਰੀ ਕੰਮ ਆ ਜਾਓ ਗੱਲ ਹੋ ਗਈ ਮੇਰੀ ਫੈਨਲ ਮੈਂ ਉਸਤਾਦ ਜੀ ਉਹਨੂੰ ਬਿਰਿਆਨੀ ਦੀ ਪਲੇਟ ਚਾਹੇ ਡਿਸਪਰੀਨ ਉਹ ਦਿੱਤੀ ਮੈਂ ਕਿਹਾ ਹਾਂਜੀ ਮੈਡਮ ਕੀ ਬਣਿਆ ਮੈਨੂੰ ਬਾਤ ਕਰ ਲਈ ਉਹ ਕਹਿ ਰਹੀ ਕਿ ਮੇਰੀ ਨੈਕਸਟ ਮੂਵੀ ਸ਼ੁਰੂ ਹੋ ਰਹੀ ਹੈ ਆ ਗੁਰਦੁਆਰਿਆ ਉਸਮੇ ਅੱਛਾ ਰੋਲ ਤੁਮੇ ਮਿਲ ਜਾਏਗਾ ਮੈਂ ਕਿਹਾ ਕਦੋਂ ਹੈ ਨੈਕਸਟ ਮੰਥ ਸ਼ੁਰੂ ਹੋ ਗਈ ਤਾਂ ਤੁਮ ਚਲੇ ਜਾਣਾ ਮੈਂ ਕਿਹਾ ਠੀਕ ਹੋ ਗਿਆ ਅਤੇ ਮੈਂ ਮੁਹੱਲੇ 'ਚ ਵੀ ਕਹਿਣ ਡਿਆ ਸਭ ਨੂੰ ਕੋਈ ਫਿਲਮਾਂ 'ਚ ਕੰਮ ਮਿਲ ਗਿਆ ਚਾਂਸ ਮਿਲ ਗਿਆ ਫੈਸਲ ਨੂੰ ਵੱਡੀ ਸਕਰੀਨ 'ਤੇ ਉਸਤਾਦ ਜੀ ਖੁਦਾ ਨੂੰ ਜਾਨ ਦੇਣੀ ਹੈ ਮੈਂ ਅਬਦੁੱਲਾਪੁਰ ਆਉਣਾ ਪੈਦਲ ਘਰ ਆ ਰਿਹਾ ਨਹਿਰੋ ਨਹਿਰ ਦੁਪਹਿਰ 1:30 ਦਾ ਟਾਈਮ ਅਤੇ ਉਹ ਮੈਡਮ ਅੱਗੇ ਬਹਿ ਕੇ ਕੱਪੜੇ ਧੋਣ ਦੀ ਉਸਤਾਦ ਜੀ ਖੁਦਾ ਦੀ ਕਿਸਮ ਹੈ ਮੇਰੇ ਘਰਾਂ ਦੇ ਕੋਲ ਹੈ ਨਾ ਫਰੀਦ ਉਹਦੇ ਕਰਕੇ ਭਾਈ ਯਾਰ ਫਚਾਲ ਆ ਜਿਹੜਾ ਉੱਥੇ ਜਿਹੜਾ ਜਗ੍ਹਾ ਬੜੀ ਹੁੰਦੀ ਸੀ ਉੱਥੇ ਨਾ ਲੋਕ ਕੱਪੜੇ ਧੋਂਦੇ ਹੁੰਦੇ ਸੀਗੇ ਸਾਰੇ ਮੁਹੱਲੇ ਅਸੀਂ ਵੀ ਧੋਂਦੇ ਸੀ ਸਾਰੇ ਮੁਹੱਲਾ ਉੱਥੇ ਹੀ ਧੋਂਦਾ ਹੁੰਦਾ ਸੀ ਬੱਚੇ ਵੀ ਉੱਥੇ ਨਹਾਉਂਦੇ ਸੀ ਅਤੇ ਹੁਣ ਮੈਂ ਨਾ ਮੈਂ ਵੇਖ ਕੇ ਨਾ ਫਰੀਦ ਰੁਕ ਗਿਆ ਠੀਕ ਹੈ ਅਤੇ ਮੈਨੂੰ ਨਾ ਖਾਲਾ ਤੁਹਾਡੇ ਹਮਸਾਏ ਹੈਗੇ ਸੀ ਮੈਨੂੰ ਕਹਿੰਦੀ ਖਾਲ ਫੈਸਲ ਸਲਾਮ ਮੈਨੂੰ ਬੜੀ ਖੁਸ਼ੀ ਹੋਈ ਤੈਨੂੰ ਫਿਲਮਾਂ 'ਚ ਚਾਂਸ ਮਿਲ ਗਿਆ ਕੀ ਬਣਿਆ ਤੇਰਾ ਮੈਂ ਕਿਹਾ ਖਾਲਾ ਜੀ ਮੈਂ ਜਾ ਰਿਹਾ ਇਨਸ਼ਾਅੱਲਾ ਤਾਲਾ ਅਲ ਕਰੀਬ ਅਤੇ ਉਹਦਾ ਉਹਦਾ ਮੇਰੇ ਵੱਲ ਧਿਆਨ ਪਿਆ ਤੂੰ ਖਾਲਾ ਨੂੰ ਪੁੱਛ ਰਹੀ ਕਿ ਇਹ ਕੌਣ ਹੈ ਮੁੰਡਾ ਕਹਿੰਦੀ ਇਹਨੂੰ ਨਹੀਂ ਜਾਣਦੀ ਤੂੰ ਭਾਈ ਰਾਮੇ ਦਾ ਮੁੰਡਾ ਹੈਗਾ ਵੱਡਾ ਵਿਚਾਰੇ ਨੂੰ ਐਕਟਰ ਬਣਨ ਦਾ ਬੜਾ ਸ਼ੌਕ ਹੈਗਾ ਨਾ ਅਤੇ ਦੁਆ ਕਰ ਕਿਤੇ ਜਗਾੜ ਜਗੂੜ ਲੱਗ ਜਾਏ ਇਹਦਾ ਅੱਲਾ ਕਰੇ ਮੈਨੂੰ ਉਸਤਾਦ ਜੀ ਫਿਰ ਉਹ ਨਾ ਦਫ਼ਤਰ ਮਿਲੇ ਨੇ ਮੈਨੂੰ ਦਫ਼ਤਰ ਵਾਲੇ ਨੇ ਫੋਨ ਕੀਤਾ ਘਰ ਪੀ ਟੀ ਸੀ ਐਲ ਦੇ ਫੈਸਲ ਦਫ਼ਤਰ ਆਈ ਫੌਰਨ ਮੈਂ ਫੌਰਨ ਦਫ਼ਤਰ ਗਿਆ ਮੈਡਮ ਹੋਰੀ ਵੀ ਉੱਥੇ ਬੈਠੇ ਫੈਸਲ ਮੇਰੇ ਘਰ ਨਾਲ ਗੱਲ ਕਰੀ ਮੈਂ ਕਿਹਾ ਅੱਲਾ ਦੀ ਕਿਸਮ ਨਹੀਂ ਕਰਦਾ 1700 ਰੁਪਈਆ ਮੇਰਾ ਦੇ ਦੇ
ਮੈਂ ਕਿਹਾ 1700 ਦੇ ਦੇ, ਇਹ 1700 ਲੱਗਾ ਹੀ ਦੇ ਦੇ, ਤੇਰੀ ਮੇਰਾ ਕੋਈ ਲਿੰਕ ਨਹੀਂ, ਕੋਈ ਗੱਲ ਨਹੀਂ। 1000 ਰੁਪਈਏ ਨੇ ਫਿਰ ਕੰਪਰੋਮਾਈਜ਼ ਕੀਤਾ, 700 ਰੁਪਇਆ ਉਹਨੇ ਕਿਹਾ ਪਹਿਲੀ ਨੂੰ ਲੈ ਲਈ। ਠੀਕ ਹੈ ਯਾਰ, ਅੰਜ ਦੇਣਾ ਬੜਾ ਜਜ਼ਬਾਤ ਹੁੰਦਾ ਸਾਜੀ, ਕਿਉਂਕਿ ਮੈਂ ਮੇਰੇ ਨਾਲ ਵੀ ਹੋਇਆ ਇੱਕ ਵਾਕਿਆ। ਇੱਕ ਮੈਂ ਨਹੀਂ ਸੀ, ਮਜ਼ਰ ਪ੍ਰੇਮੀ ਸਾਹਿਬ ਸਾਡੇ ਕੋਲ ਦੁਕਾਨ ਤੇ ਕੰਮ ਕਰਦੇ ਸੀ, ਤੇ ਉਸਤਾਦ ਜੀ ਉਹਦਾ ਨਾ, ਉਹਨੇ ਮਜ਼ਰ ਪ੍ਰੇਮੀ ਸੀ ਤੇ ਉਹ ਰੈਂਬੋ ਜਾਨ ਰੈਂਬੋ ਸਾਹਿਬ ਦਾ ਬੜਾ ਫਾਲੋਅਰ ਸੀ, ਉਦੋਂ ਚੱਲਦਾ ਹੁੰਦਾ ਸੀ ਉਹ ਗੈਸਟ ਹਾਊਸ, ਤੇ ਉਹਨੇ ਵੀ ਪੱਟੀ ਬੰਨ ਕੇ ਸਾਰੀ ਬੋਰ ਕਰਦਾ ਹੁੰਦਾ, ਪੰਪ ਲਾਉਂਦੇ ਸੀ ਉਹਨੇ, ਜਿੰਨੇ ਨੇ ਵਿਵਾਦ ਨਹੀਂ ਉਹ ਜੋ ਰੈਂਬੋ ਬੋਰ ਚੁੱਕੇ, ਚੱਲ ਉਹਨੇ ਬੋਰ ਚੁੱਕਿਆ ਤੇ ਲੈ ਗਿਆ, ਤੇ ਹੁਣ ਉਹਨੂੰ ਸ਼ੌਕ, ਤੇ ਉਹਨੇ ਕਿਹਾ ਮੈਨੂੰ, ਕਹਿੰਦਾ ਯਾਰ ਤਸਵੀਰਾਂ ਲਿਆ ਗਿਆ ਨਾ, ਮੈਨੂੰ ਕਹਿੰਦਾ ਫ੍ਰੀ ਦੇ ਕੈਸੀ ਤਸਵੀਰ, ਮੈਂ ਕਿਹਾ ਬਹੁਤ ਅੱਛੀ, ਕਹਿੰਦਾ ਉਹ ਜਿਹੜੀ ਅਖਬਾਰ ਤੇ ਨਹੀਂ ਲਿਖਦੇ ਹੁੰਦੇ ਸੀ ਇਸ਼ਤਿਹਾਰ, ਜ਼ਰੂਰਤ ਫਨਕਾਰ, ਜ਼ਰੂਰਤ ਫਨਕਾਰ, ਉਹ ਕਿਤੇ ਉਹਨੇ ਕੱਟ ਕੇ ਨਾਲ ਲਿਆਂਦਾ, ਕਹਿੰਦਾ ਇਸ ਐਡਰੈਸ ਤੇ ਨਾ ਸੈਂਡ ਕਰਨੀ ਤਸਵੀਰ, ਮੈਂ ਕਿਹਾ ਠੀਕ, ਨਾਲ ਕਹਿੰਦਾ ਤਹਿਰੀਰ ਲਿਖਣੀ, ਮੇਰੀ ਰਾਈਟਿੰਗ ਠੀਕ ਸੀ, ਉਹਨੂੰ ਮੈਂ ਬਹਿ ਕੇ ਜੋ ਕਹਿੰਦਾ ਰਿਹਾ ਮੈਂ ਲਿਖਦਾ ਰਿਹਾ, ਉਹਨੇ ਉਹ ਤਸਵੀਰਾਂ ਰੱਖ, ਪੇਪਰ ਸਾਰਾ ਕੁਝ ਬਣਾ ਕੇ, ਐਡਾ ਵੱਡਾ ਪੰਫਲੈਟ ਜਿਹਾ ਬਣਾ ਕੇ, ਆਪਣੀਆਂ ਫਾਈਲਾਂ ਫੁੱਲਾਂ ਉਹ ਟੀਵੀਆਂ ਸੂਵੀਆਂ ਤੇ ਡਿਗਰੀਆਂ ਸਾਰਾ ਕੁਝ ਰੱਖ ਕੇ ਨਾ ਦੇਤਾ, ਤੇ ਲਾਹੌਰ ਹੁਣ ਡਾਕਖਾਨੇ ਸੀ ਪਹੁੰਚਾਤੀ, ਇੱਥੋਂ ਪਹੁੰਚਾ ਕੇ ਲਾਹੌਰ ਪਹੁੰਚਾਤੀ, ਤੇ ਉਹ ਕਿਤੇ ਲਾਹੌਰ ਦੇ ਕਿਸੇ ਦਫ਼ਤਰ ਦਾ ਐਡਰੈਸ ਸੀ। ਉਸਤਾਦ ਜੀ ਕੋ 15 ਦਿਨ 20 ਦਿਨ ਮਹੀਨਾ ਕੋਈ ਨਹੀਂ ਜਵਾਬ ਵੀ ਕੋਈ ਨਹੀਂ ਆਇਆ, ਅਸੀਂ ਚਲੇ ਗਏ, ਮੈਂ ਕਹਿੰਦਾ ਯਾਰ ਲਾਹੌਰ ਚੱਲੀਏ, ਮੈਂ ਕਿਹਾ ਚੱਲ ਯਾਰ ਲਾਹੌਰ ਚੱਲਨੇ, ਅਸੀਂ ਲਾਹੌਰ ਗਏ, ਜਾ ਕੇ ਪਤਾ ਲੱਗਿਆ ਫਲਾਣੀ ਜਗ੍ਹਾ, ਉਹਨਾਂ ਕਿਹਾ ਤੀਸਰੀ ਬਿਲਡਿੰਗ ਹੈ ਜੁੱਤੇ ਜਾਓਗੇ ਤੇ ਫਲਾਣਾ ਫਲੋਰ ਹੀ ਹੈ ਉਹ, ਅਸੀਂ ਪਹੁੰਚ ਗਏ, ਹੁਣ ਅਸੀਂ ਕਿਹਾ ਜੀ ਇੱਦਾਂ ਜਾ ਕੇ ਉਹਨੂੰ ਮਿਲੇ, ਅਸੀਂ ਕਿਹਾ ਜੀ ਇੱਥੇ ਤਸਵੀਰਾਂ ਆਈਆਂ ਸੀ ਫਲਾਣਾ ਫਲਾਣਾ, ਅਤੇ ਉਹਨਾਂ ਬੰਦਾ ਨਾ ਅੰਦਰੋਂ ਬੂਹਾ ਖੋਲ ਕੇ ਕਹਿੰਦਾ ਤੇਰੀਆਂ ਸੀ, ਕਹਿੰਦਾ ਉਹ, ਕਹਿੰਦਾ ਠੱਪ, ਉਹ ਕਹਿੰਦਾ ਭਾਅ ਜੀ ਗੱਲ ਤਾਂ ਸੁਣੋ ਸਰ, ਮੈਂ ਉਹ ਮੇਰਾ ਨਾਮ ਮਜ਼ਰ ਪ੍ਰੇਮੀ ਹੈ, ਜਾਣ ਰਿਹਾ ਬੁਸਾਬ ਕਾ ਮੈਂ ਇਹ ਦੇਖੇ, ਉਹਨੇ ਕਿਹਾ ਓਕੇ, ਦੂਸਰੀ ਤੀਸਰੀ ਵਾਰੀ ਉਸਤਾਦ ਜੀ ਉਹਨੇ ਖਿੱਚ ਗਿਆ, ਉਹਨੇ ਬੂਹਾ ਖੋਲ ਕੇ ਕਹਿੰਦਾ ਯਾਰ ਕੀ ਮਸਲਾ ਵਾ, ਮੇਰੀਆਂ ਤਸਵੀਰਾਂ ਆਈਆਂ ਵਾ, ਤੁਸੀਂ ਮੈਨੂੰ ਕਰਨਾ ਨਹੀਂ ਕਰਨਾ ਦੱਸੋ, ਉਹ ਕਹਿੰਦਾ ਨਹੀਂ ਕਰਨਾ, ਕਹਿੰਦਾ ਲਿਆਓ ਫਿਰ ਮੇਰੀਆਂ ਤਸਵੀਰਾਂ ਦਿਓ, ਉਹ ਗੁੱਸੇ ਨਾਲ ਤਸਵੀਰਾਂ ਲੈ ਕੇ ਆ ਗਿਆ। ਅੱਛਾ ਐਕਟਰ ਬਣਨ ਦੇ ਕਈਆਂ ਨੂੰ ਸ਼ੌਕ, ਉਹ ਬੜੇ ਅਖਬਾਰ ਚ ਆਉਂਦੇ ਹੁੰਦੇ ਸੀ ਨਾ, ਜ਼ਰੂਰਤ ਫਨਕਾਰ। ਅੱਛਾ ਉਹ ਅੱਗੋਂ ਗੇਮਾਂ ਬੈਠੀਆਂ ਨੇ, ਉਹ ਗੇਮਾਂ ਸਾਰੀਆਂ ਗੇਮਾਂ, ਉੱਤੋਂ ਜਿਹੜਾ ਬੰਦਾ ਲੈ ਕੇ ਜਾਂਦਾ ਨਾ, ਹੁਣ ਤੈਨੂੰ ਐਕਟਰ ਬਣਨ ਦਾ ਸ਼ੌਕ ਹੈ, ਮੈਂ ਤੈਨੂੰ ਲੈ ਕੇ ਆਵਾਂ ਤੇ ਤੈਨੂੰ ਜ਼ਲੀਲ ਕੀ ਕਰਨਾ, ਬਹੁਤ ਅੱਛਾ ਐਕਟਰ ਪ੍ਰੀਤ, ਉਹ ਕਰਕੇ ਵਿਖਾ ਦੇਣਾ, ਚੱਲ ਪ੍ਰੀਤ ਨਾਮ ਸੁਣ ਕੇ ਲੋਕ ਮੇਰਾ ਕੰਪ ਜਾਂਦੇ, ਕੋਈ ਵੀ ਚੋਰ ਪਦਾਸ਼ੀ ਚੋਰ ਨਹੀਂ ਹੁੰਦਾ, ਕੋਈ ਵੀ ਵਾਸ਼ੀਆ ਸ਼ੌਕ ਸੇ ਜਿਸਮ ਨਹੀਂ ਵੇਚਦੀ, ਗੁਰਬਤ ਗੁਰਬਤ ਇਹ ਸਭ ਕੁਛ ਕਰਨੇ ਪੇ ਮਜਬੂਰ ਕਰ ਦਿੱਤੀ ਹੈ, ਮੈਨੇ ਆਜ ਕੁਛ ਸਿੱਖਾ ਹੈ ਜਾਂ ਨਹੀਂ ਸਿੱਖਾ, ਲੇਕਿਨ ਇਤਨਾ ਜ਼ਰੂਰ ਸਿੱਖਾ ਹੈ, ਗਰੀਬ ਪੈਦਾ ਹੋਣਾ ਕੋਈ ਜੁਰਮ ਨਹੀਂ, ਮਗਰ ਗਰੀਬ ਮਰਨਾ ਸਭ ਸੇ ਬੜਾ ਜੁਰਮ ਹੈ, ਸਭ ਸੇ ਬੜਾ ਪਾਪ ਹੈ, ਸਭ ਸੇ ਬੜਾ ਝੂਠ ਹੈ, ਸਭ ਸੇ ਬੜਾ ਫਰੇਬ ਹੈ। ਗੋਵਿੰਦਾ ਸਾਹਿਬ ਕਹਿੰਦੇ ਨੇ ਹਾਂ ਹਾਂ ਮੈਂ ਪੁੱਛ ਰਿਹਾ ਉਹਨਾਂ ਦਾ ਸਰ, ਮਤਲਬ ਵਾਕ ਹੀ ਥੱਲੇ ਨੂੰ ਚੱਲ ਜਾਂਦਾ, ਅੱਲਾ ਮਾਰ ਦੇ ਤੂੰ ਯਾਰ ਨੂਰ ਨੂੰ ਫੋਨ ਕਰ, ਉਹ ਚੱਲ ਜਾ ਯਾਰ ਭਰਾਵਾ, ਨੂਰ ਨੂੰ ਮੈਂ ਨੂਰ ਬੋਲ ਕਹਿੰਦੀ ਸੈਦ ਨੂਰ ਤੇ ਸੈਦ ਨੂਰ ਦਾ ਨਾਮ ਤੇ ਲੋਕਾਂ ਨੇ ਇੰਨਾ ਕੁ ਖਾਧਾ ਹੀ ਨਾ ਮੈਨੂੰ, ਠੀਕ ਹੈ ਸੈਦ ਨੂਰ ਸਾਹਿਬ ਦੇ ਨਾਮ ਤੋਂ, ਹੁਸੈਨ ਸਾਹਿਬ ਜਿਹੜੇ ਫੌਤ ਹੋ ਗਏ ਉਹਨਾਂ ਦੇ ਨਾਮ ਤੋਂ ਬੜਾ ਖਾਧਾ, ਹਾਂਜੀ ਉਸਤਾਦ ਜੀ ਯਾਰ ਫਿਲਮਾਂ ਚ ਕੰਮ, ਲੇਕਿਨ ਕਿਸਮਤ ਵਿੱਚ ਆਫਰ ਸੀ ਨਾ ਇੱਕ, ਕਿਸੇ ਨੇ ਕਿਹਾ ਜੀ ਗਾਣੇ ਲਿਖਣੇ ਆ ਕਿਸੇ ਫਿਲਮ ਦੇ ਰਾਈਟਰ ਬਣਾ ਕੇ, ਮੈਨੂੰ ਉਹਨਾਂ ਨੇ ਕਿਹਾ ਗਾਣਾ ਲਿਖਣਾ ਵਾ ਪ੍ਰੋਮੋ ਗੀਤ ਲਿਖ ਕੇ ਦਿਓ, ਨਿੱਕਾ ਚੌਧਰੀ ਮੈਂ ਨਾਂ ਨਹੀਂ ਲੈਣਾ ਉਹ ਦੇਖਦੇ ਹੀ ਹੋਣੇ, ਤੇ ਮੈਨੂੰ ਕਹਿੰਦੇ ਜੀ ਉਹ ਲਿਖ ਕੇ ਦਿਓ, ਮੈਂ ਫਿਰ ਉਹਦਾ ਗਾਣਾ ਲਿਖਿਆ, ਉਹ ਨੌ ਸਿਰ ਸਿਰ ਨੌ ਸਿਰ ਨੌ ਗਜ਼ ਸਿਰ ਉੱਤੇ ਪੱਗ ਬੰਨਦਾ ਨਿੱਕਾ ਚੌਧਰੀ ਨਿੱਕਾ ਚੌਧਰੀ, ਉਹ ਮੈਂ ਨਾ ਲਿਖਿਆ ਤੇ ਗਾਣਾ, ਉਹਨਾਂ ਨੇ ਸਾਜੀ ਵਾਹਵਾ 25-26 ਜਣੇ ਇਕੱਠੇ ਹੋ ਗਏ ਨਾ, ਤੇ ਹੁਣ ਮੈਨੂੰ ਜਿਹੜਾ ਲੈ ਕੇ ਗਿਆ ਉਹ ਕਹਿੰਦਾ ਚੁੱਪ ਕਰ ਜੀ ਤੈਨੂੰ ਨਜ਼ਰ ਹੋਣੀ ਆ, 20-25 ਹਜ਼ਾਰ ਤੂੰ ਲੈ ਕੇ ਨਿਕਲਣਾ, ਮੈਂ ਕਿਹਾ ਓਕੇ,
ਮੈਂ ਭਾਜੀ ਮੈਨੂੰ ਕਹਿੰਦੇ ਤੇਰਾ ਉੱਚੀ ਆਵਾਜ਼ ਚ ਸੁਣਾ ਮੈਂ ਪਹਿਲੋ ਹੌਲੀ ਹੌਲੀ ਲੱਗਾ ਕਹਿੰਦੇ ਤੇਰਾ ਉੱਚੀ ਆਵਾਜ਼ ਚ ਸੁਣਾ ਯਾਰ ਆਵਾਜ਼ ਪਿਛਲੇ ਕਹਿੰਦੇ ਯਾਰ ਆਵਾਜ਼ ਨਹੀਂ ਆਉਣ ਡਈ ਮੈਂ ਕਿਹਾ ਅੱਛਾ ਜੀ ਨੌ ਗਜ਼ ਸਿਰੇ ਉੱਤੇ ਪੱਗ ਬੰਨਦਾ ਮੈਂ ਉੱਚੀ ਉੱਚੀ ਸੁਣਾਈ ਬਾਅਦ ਚ ਮੈਂ ਬਾਹਰ ਨਿਕਲਿਆ ਕੁੰਡੀ ਲਾਈ ਮੈਨੂੰ ਪੈਦਲ ਚ ਕਿਰਾਇਆ ਵੀ ਨਹੀਂ ਦਿੱਤਾ ਬਾਅਦ ਚ ਪਤਾ ਲੱਗਾ ਜਿਹੜਾ ਕਹਿੰਦੇ ਤੇ ਨੂੰ ਉੱਚੀ ਗਾ ਉਹਨੇ ਰਿਕਾਰਡਿੰਗ ਤੇ ਲਾਇਆ ਉਹ ਰਿਕਾਰਡ ਕਰਕੇ ਉਹਨਾਂ ਅਗਲੇ ਦਿਨ ਮੇਰੇ ਵਾਲਾ ਗਾਣਾ ਪ੍ਰੋਮੋ ਚ ਲਾਇਆ ਤੇ ਮੈਂ ਕਿਹਾ ਵਾਹ ਜੀ ਵਾਹ ਵਾਹ ਚੱਲ ਗਿਆ ਤੇਰਾ ਗਾਣਾ ਹਾਂ ਕਿੱਥੇ ਚੱਲਿਆ ਚੱਲ ਗਿਆ ਸੀ ਉਹ ਇੱਕ ਨਿੱਜੀ ਚੈਨਲ ਤੇ ਨਿੱਜੀ ਚੈਨਲ ਵੀ ਕਿਸੇ ਚੈਨਲ ਨੂੰ ਲੁਕਾਉਣ ਵਾਸਤੇ ਹੁੰਦਾ ਸਮਝ ਆਈ ਨਾ ਏਦਾਂ ਨੀ ਹੁੰਦਾ ਨਿੱਜੀ ਜਿਹੀ ਹਾਂ ਅਸੀਂ ਨਿੱਕੇ ਨਿੱਕੇ ਹੁੰਦੇ ਸਾਹ ਜੀ ਬੱਸ ਚ ਬੈਠੇ ਸੀ ਤਿੰਨ ਚਾਰ ਭਰਾ ਭੈਣ ਭਰਾ ਤੇ ਅਸੀਂ ਨਾ ਉੱਚੀ ਉੱਚੀ ਗਾਣ ਡੇ ਉੱਚੀ ਉੱਚੀ ਬੱਸ ਦੀ ਪਿਛਲੀ ਸੀਟਾਂ ਦੇ ਅੱਗੇ ਨਾ ਇੱਕ ਬੁੱਢੀ ਬੈਠੀ ਤੇ ਉਹ ਕਹਿੰਦੀ ਕਿਆ ਬਦਤਮੀਜ਼ੀ ਤੁਮਨੇ ਤੋ ਹਮਾਰਾ ਸਰ ਖਾ ਲਿਆ ਤੇ ਅਸੀਂ ਹੁਣ ਚੁੱਪ ਅਸੀਂ ਘਰ ਆ ਕੇ ਨਾ ਆਪਣੇ ਮਾਮੇ ਨੂੰ ਦੱਸਿਆ ਸੀ ਕਿ ਮਾਮੂ ਜੀ ਅਸੀਂ ਉੱਚੀ ਉੱਚੀ ਪੜ੍ਹਨ ਦੇ ਸੀ ਪਾਕ ਸਰ ਜ਼ਮੀਨ ਸ਼ਾਦਬਾਦ ਤੇ ਇੱਕ ਬੁੱਢੀ ਕਹਿੰਦੀ ਤੁਮਨੇ ਤੋ ਹਮਾਰਾ ਸਰ ਖਾ ਲਿਆ ਕਹਿੰਦਾ ਤੁਸੀਂ ਉਹਨੂੰ ਕਹਿਣਾ ਹਲੇ ਤਾਂ ਤੇਰੇ ਗਿੱਟੇ ਖਾਣੇ ਜਿੱਦਾਂ ਤੁਸੀਂ ਉੱਚੀ ਉੱਚੀ ਬੋਲਦੇ ਵੈਗਨ ਤੇ ਵੀ ਬੜੇ ਚੱਲਦੇ ਉਸਤਾਦ ਜੀ ਇੱਕ ਦਿਨ ਮੈਂ ਐ ਵੈਗਨ ਤੇ ਜਾਣਾ ਹੋਵੇ ਸ਼ਹਿਰੋਂ ਘਰ ਆਉਣਾ ਫਰੀਦ ਤੇ ਮੈਂ ਬਾਬੀ ਨੇ ਟਾਈ ਚਾਈ ਲਾਈ ਕਿਸੇ ਦੋਸਤ ਨੂੰ ਮਿਲਣ ਜਾਣਾ ਤੈਨੂੰ ਪਤਾ ਬਚਪਨ ਦੇ ਵਿੱਚ ਟਾਈਆਂ ਛਈਆਂ ਅਲਹਮਦੁਲਿਲਾ ਤੇ ਹੁਣ ਉਸਤਾਦ ਜੀ ਉਹ ਕਰੈਕਟਰ ਜਿਹੜਾ ਮੈਨੂੰ ਨਾ ਵੈਗਨ ਤੇ ਲਾਹਣ ਗਿਆ ਮੇਨ ਟਰਮੀਨਲ ਤੋਂ ਝਾਲ ਦੀ ਵੈਗਨ ਤੇ ਮੈਨੂੰ ਲਾਹ ਗਿਆ ਤੇ ਹੁਣ ਉਹਨਾਂ ਵੈਗਨ ਵਾਲੇ ਨੂੰ ਕਹਿੰਦਾ ਭਾਈ ਹੈਗੇ ਨੇ ਸਾਡੇ ਬਾਹਰੋਂ ਆਏ ਨੇ ਯਾਰ ਉਹਨੂੰ ਪਤਾ ਨਹੀਂ ਲੱਗਣਾ ਜ਼ਰਾ ਇਹਨੂੰ ਸਟਾਪ ਤੇ ਲਾ ਦੀ ਜ਼ਰਾ ਚੰਗੇ ਤਰੀਕੇ ਨਾਲ ਤਾਂ ਕੋਈ ਕਿੱਥੇ ਦਾ ਝਾਲ ਤੇ ਜਿਹੜਾ ਮੇਰੇ ਨਾਲ ਦਾ ਬੰਦਾ ਉਸਤਾਦ ਜੀ ਉਹ ਵੀ ਪੜ੍ਹਿਆ ਲਿਖਿਆ ਉਹ ਕਹਿੰਦਾ ਕੌਣ ਸੇ ਮੁਲਕ ਸੇ ਮੈਂ ਕਿਹਾ ਯੂਕੇ ਯੂਕੇ ਕੌਣ ਸੀ ਕੰਟਰੀ ਇਹ ਉਹ ਸ਼ਹਿਰ ਦਾ ਪੁੱਛਣ ਲੱਗ ਪਿਆ ਵਹਾਂ ਪੇ ਮੈਂ ਵੀ ਹੂੰ ਮੈਂ ਫਸ ਗਿਆ ਮੈਂ ਕਿਹਾ ਆਪ ਕੌਣ ਸੀ ਕਹਿੰਦਾ ਆਪ ਕੌਣ ਸੀ ਸਟੇਟ ਸੇ ਮੈਂ ਕਿਹਾ ਮੈਂ ਸਮਾਲ ਸਟੇਟ ਸੇ ਸਰਦਾਰ ਨੇ ਨਾ ਸਰਦਾਰ ਜੀ ਬੜਾ ਪਿਆਰ ਕਰਦੇ ਸੀ ਉਸਤਾਦ ਜੀ ਉਹਨੇ ਮੇਰੇ ਘਰ ਮੇਰੀ ਨਾ ਦਾਵਤ ਕਰਤੀ ਮੇਰਾ ਤੇ ਇੱਕ ਹੋਰ ਸਾਡਾ ਇੱਕ ਫਨਕਾਰ ਸੀਗਾ ਉਹਦੀ ਦਾਵਤ ਕੀਤੀ ਅਸੀਂ ਉਹਦੇ ਘਰ ਚਲੇ ਗਏ ਤੇ ਹੁਣ ਮੈਂ ਮਠਿਆਈ ਦਾ ਡੱਬਾ ਲਿਆ ਗਿਆ ਯਾਰ ਘਰ ਦੇ ਜਾ ਰਹੇ ਹਾਂ ਤੇ ਇਹ ਦਰਵਾਜ਼ਾ ਬਣੇ ਆ ਉਹਨੇ ਕਿਹਾ ਫੈਸਲ ਭਾਜੀ ਇੱਕ ਗੱਲ ਸੁਣਨਾ ਯਾਰ ਇੱਥੇ ਅੱਬੂ ਉਹਨਾਂ ਦੱਸਣਾਗੇ ਡਰਾਮੇ 'ਚ ਕੰਮ ਕਰਦੇ ਹੋ ਮਿਹਰਬਾਨੀ ਯਾਰ ਤੁਹਾਡੀ ਠੀਕ ਹੈ ਮੇਰੀ ਰੂਹ ਮਰ ਗਈ ਮੈਂ ਕਿਹਾ ਯਾਰ ਏਡਾ ਹੀ ਯਾਰ ਮਾੜਾ ਵਾ ਯਾਰ ਇਹ ਕਿਹੜੀ ਗੱਲ ਹੋਈ ਲੇਕਿਨ ਅਸੀਂ ਅੰਦਰ ਆ ਚੁੱਕੇ ਸੀ ਬਹਿ ਗਏ ਉਹਦੇ ਅੱਬੂ ਨੇ ਸਲਾਮ ਲੈ ਸਤਿ ਸ਼੍ਰੀ ਅਕਾਲ ਬੈਠੇ ਹਾਂ ਫੈਸਲ ਭਾਈ ਐਫਨਕਾਰ ਫੈਸਲ ਭਾਈ ਕੱਪੜੇ ਦਾ ਕਾਰੋਬਾਰ ਕਰਦੇ ਅੱਛਾ ਅੱਛਾ ਕੱਪੜੇ ਦਾ ਕਾਰੋਬਾਰ ਕਰ ਠੀਕ 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 ਬਹੁਤ ਖੁਸ਼ੀ ਹੋਈ ਅਸੀਂ ਵੀ ਤਾਣੇ ਬਾਣੇ ਦਾ ਕਰਦੇ ਹਾਂ ਤਾਣੇ ਬਾਣੇ ਦਾ ਕਹਿੰਦਾ ਕਿੱਥੇ ਫੈਕਟਰੀ ਕਿਤੇ ਮੈਂ ਕਿਹਾ ਭਾਈ ਅੱਲਾ ਦਾ ਸ਼ੁਕਰ ਫਿਰ ਵੀ ਕਹਦਾ ਤਾਣੇ ਬਾਣੇ ਦਾ ਕਿੱਥੇ ਉਹ ਮੈਂ ਕਿਹਾ ਗੱਲ ਸਿੱਧੀ ਸਾਫ਼ ਆ ਸ਼ਾਮ ਨੂੰ ਜਾਈਦਾ ਜੇ ਵਧੇ ਹੁਣ ਪੈਸੇ ਲਈ ਜਾਈਦਾ ਜੇ ਘੱਟੇ ਹੁਣ ਤਾਂ ਦੇ ਆਈਦਾ ਬਾਕੀ ਮੈਂ ਮੁਲਾਜ਼ਮਾਂ ਤੇ ਬਹੁਤ ਟਰਸਟ ਕਰਦਾ ਕਹਿੰਦਾ ਇਹ ਤੁਸੀਂ ਗਲਤ ਕਰ ਰਹੇ ਹੋ ਇੰਜ ਕਦੇ ਵੀ ਨਾ ਕਰੋ ਮੈਂ ਕਹਿੰਦਾ ਨਹੀਂ ਮੁਲਾਜ਼ਮ ਸਾਡੇ ਪੁੱਤਰਾਂ ਤਰ੍ਹਾਂ ਬਹੁਤ ਮੈਂ ਕਿਹਾ ਫੇਵਰ ਕਰਦੇ ਕਹਿੰਦਾ ਅਕਸਰ ਤੁਸੀਂ ਦੇ ਕੇ ਆਉਂਦੇ ਹੋ ਲੈ ਕੇ ਮੈਂ ਕਿਹਾ ਮੈਂ ਤੇ ਜਦੋਂ ਦਾ ਜਾ ਰਿਹਾ ਅਸੀਂ ਲੈ ਕੇ ਹੀ ਜਾਂਦੇ ਹਾਂ ਅੱਜ ਤਿਕਰ ਨਹੀਂ ਕਹਿੰਦਾ ਬੜਾ ਇਮਾਨਦਾਰ ਆ ਸਾਡਾ ਵੀ ਕਿਤੇ ਸ਼ੇਅਰ ਲਵਾਓ ਤੇਰਾ ਪਤਾ ਕਰੋ ਤਾਣੇ ਦਾ ਕੀ ਰੇਟ ਚੱਲਣ ਡਿਆ ਮੈਂ ਪਹਿਲੀ ਵਾਰੀ ਸੁਣਿਆ ਤਾਣਾ ਬਾਲਾ ਮੈਨੂੰ ਨੀ ਪਤਾ ਕਿ ਤਾਣਾ ਬਾਲਾ ਕੀ ਹੁੰਦਾ ਵਾ ਯਾਰ ਤਾਣਾ ਬਾਲਾ ਹੁੰਦਾ ਸਰ ਜੀ ਤਾਣਾ ਬਾਲਾ ਉਹ ਹੀ ਹੁੰਦਾ ਨਾ ਜੇ ਇੰਜ ਇੰਜ ਸਲਾਈਆਂ ਹਾਂਜੀ ਹਾਂਜੀ ਇੰਜ ਵਾਲਾ ਤੇ ਇੰਜ ਵਾਲਾ ਨਹੀਂ ਤਾਣਾ ਬਾਲਾ ਕੀ ਹੁੰਦਾ ਸਰ ਜੀ ਯਾਰ ਲੂਮ ਤੇ ਕਦੀ ਕਪੜਾ ਨਹੀਂ ਬਣ ਰਿਹਾ ਹੁੰਦਾ ਕੱਪੜੇ ਵਾਵਾ ਸੀ ਬੈਲ ਡਰੈਸ ਜਦੋਂ ਪੜ੍ਹਨ ਜਾਂਦੇ ਨਾਤ ਖਾਨੀ ਕਰਦੇ ਤੇ ਅਸੀਂ ਉਹਨਾਂ ਦੇ ਬੈਠਕ ਚ ਬੈਠੇ ਤੇ ਹੁਣ ਉਹ ਅੱਗੇ ਨਾ ਉਹ ਬੈਂਕਰ ਸਾਰੇ ਤੇ ਉਹ ਵੇਖ ਕੇ ਪਾਏ ਅਸੀਂ ਸਾਈਕਲ ਤੇ ਆ ਇਹ ਵੀ ਵੇਖਣਾ ਸਾਈਕਲ ਤੇ ਆਏ ਤੇ ਅਸੀਂ ਉਹਨਾਂ ਦੇ ਬਾਹਰ ਖਿਲਾਰ ਕੇ ਅੰਦਰ ਵੜੇ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਰਿਸੈਪਸ਼ਨ ਇਹ ਖਾਣਾ ਖੁਣਾ ਖਾਂਦੇ ਤੇ ਉਹਨਾਂ ਨੇ ਕਿਹਾ ਪ੍ਰੀਤ ਭਾਈ ਆਪਕੋ ਵੈਸੇ ਗਾੜੀ ਲੈਣੀ ਚਾਹੀਏ ਇਹ ਅੱਜ ਤੋਂ 15 ਸਾਲ ਪਹਿਲੋ ਗੱਲ ਮੈਂ ਕਿਹਾ ਹਾਂ ਯਾਰ ਬਸ ਪਾਪਾ ਸੇ ਮੇਰੀ ਜ਼ਿੱਦ ਚੱਲ ਰਹੀ ਹੈ ਗ੍ਰੇ ਕਲਰ ਮੈਨੇ ਨਹੀਂ ਲੈਣਾ
ਉਹਨੇ ਅੱਗੇ ਨਾ ਜਿਵੇਂ ਸ਼ੇਡ ਕਾਰਡ ਨਹੀਂ ਸੁੱਟੀ ਇੱਦਾਂ ਗੱਡੀਆਂ ਦੀਆਂ ਲਿਸਟਾਂ ਸੁੱਟੀ ਗਿਆ। ਅਸੀਂ ਕੋ ਅੱਧਾ ਘੰਟਾ ਖਪਾਇਆ ਮੈਂ ਅਤੇ ਅਲੀ ਸ਼ੇਰ ਨੇ ਉਹਨੂੰ, ਗੱਡੀ ਇਹ ਨਹੀਂ ਲੈਣੀ ਵੋ ਨਹੀਂ ਲੈਣੀ, ਇਹ ਤੋਂ ਨਹੀਂ ਨਹੀਂ ਇਸਕਾ ਯੇ 8 ਸਿਲੰਡਰ ਨਹੀਂ ਨਹੀਂ 12 ਸਿਲੰਡਰ ਕਰੇ, ਹੁਣ 12 ਸਿਲੰਡਰ ਯੇ ਵੋ ਇੱਦਾਂ ਦੀ ਕਰਕੇ ਨਾ ਸਾਡੀ ਉਹਨਾਂ ਨਾਲ ਗੱਲ ਹੋ ਗਈ ਕਿ ਇਨਸ਼ਾਅੱਲਾ ਤੁਹਾਨੂੰ ਨੈਕਸਟ ਵੀਕ ਅਸੀਂ ਨਾ ਦੱਸਾਂਗੇ। ਅਤੇ ਅਸੀਂ ਤਾਂ ਉੱਥੋਂ ਨਿਕਲਣਾ ਸੀ ਇਹਨਾਂ ਗੱਲਾਂ ਕਰਕੇ, ਹਫ਼ਤੇ ਕੁ 15 ਦਿਨਾਂ ਬਾਅਦ, ਹਫ਼ਤੇ ਬਾਅਦ ਨਹੀਂ 15 ਦਿਨਾਂ ਬਾਅਦ ਝਾਲਦੇ ਤੋਂ ਨਾ ਇੰਜ ਮੁੜ ਕੇ ਉੱਤੋਂ ਦੀ ਆਈਦਾ ਸੀ ਨਾ, ਉਦੋਂ ਇਹ ਪੁੱਲ ਨਹੀਂ ਸੀ ਹੁੰਦਾ ਅਤੇ ਮੈਂ ਇੰਜ ਮੁੜਨ ਡਿਆ ਸਾਈਕਲ ਤੋਂ ਅਤੇ ਉੱਧਰੋਂ ਉਹ ਉੱਠਿਆ, ਮੈਂ ਸਾਈਕਲ ਥੱਲੇ ਦਾ ਮੈਂ ਕੱਚੇ ਦੇ ਲਾ ਕੇ ਨਾ ਡੇਰਾ ਹੀ ਬਣ ਗਿਆ ਸਾਰਿਆ, ਮੈਨੂੰ ਤਾਂ 12 ਸਿਲੰਡਰਾਂ ਦੀ ਕਿਹਾ ਨਾ ਤੇ ਇੱਕ ਸਿਲੰਡਰ ਵੀ, ਮੈਂ ਕੱਚੇ ਦੇ ਲਾ ਕੇ ਟੈਂਕੀ ਤੇ ਮਗਰ ਸਾਈਕਲ ਲਾਇਆ ਤੇ ਦੂਰੋਂ ਵੇਖਣ ਵੀ ਨਿਕਲਿਆ। ਫਿਰ ਅੱਜ ਤੋਂ ਕਦੇ ਨਾ ਝੂਠ ਕਦੇ ਨਾ ਬੋਲੋ, ਸੱਚ ਬੋਲੋ। ਨਹੀਂ ਯਾਰ ਬਸ ਉਹ ਸੁਣਾ ਜਿਹੜਾ ਤੂੰ ਮੇਲੇ ਤੇ ਗਿਆ ਤੇ ਕਵਾਲ ਤੇ ਉਹਨਾਂ ਨੇ ਪੈਸੇ ਸੁੱਟੇ, ਉਹ ਵਾਰ ਉਹ ਮੇਲੇ ਤੇ ਇੱਕ ਤੇ ਗਏ ਭਾਇਆ ਨਾ, ਉੱਥੇ ਇੱਕ ਕਵਾਲ ਆਇਆ, ਉਹ ਭਾਈ ਉਹਨਾਂ ਬੰਦੇ ਆਣ ਕੇ ਸਹਾਰ ਵਾਲੀ ਕਾਪੀ ਇੱਦਾਂ ਸੁੱਟਣ, ਉਹ ਸੈੱਟ ਲੱਗਾ ਸੀ ਪੈਲੀਆਂ ਦੇ ਵਿੱਚ, ਸਟੇਜ ਲੱਗਾ ਓਪਨ ਮਤਲਬ ਛੱਤ ਨਾ ਸੀ ਕੋਈ ਵੀ, ਤੇ ਹਵਾ ਯਕਦਮ ਹੀ ਤੇਜ਼ ਹੋ ਗਈ, ਦੋ ਕੁ ਬੰਦੇ ਆਏ ਉਹਨਾਂ ਨੇ ਹਜ਼ਾਰ ਵਾਲੀਆਂ ਕਾਪੀਆਂ ਸੁੱਟੀਆਂ, ਉਹ ਸਾਰੀਆਂ ਹੀ ਉੱਠ ਕੇ ਭਾਣ ਪੜੇ। ਕਵਾਲ ਨੇ ਆਇਆ ਅੰਤਰਾ ਸ਼ੁਰੂ ਕੀਤਾ ਤੇ ਅੰਤਰਾ ਚੁੱਪ ਕੇ ਕਰਦਾ, 4000 ਰੁਪਇਆ ਉਹਦੀਆਂ ਅੱਖਾਂ ਦੇ ਸਾਹਮਣੇ ਪਰਾ ਹਵਾ ਲੈ ਕੇ ਪਰਾ ਪਿੰਡ ਵਾਲੇ ਨੂੰ ਜਾ ਰਿਹਾ ਕਰਦਾ, ਪਿੱਛੇ ਹੱਥ ਕਰੀਏ ਵੇ ਰੁਕ ਰੁਕ। ਹਾਂ ਚਲੋ ਜੀ, ਬੰਦੇ ਕਹਿੰਦੇ ਜੀ, ਬੰਦੇ ਕਹਿੰਦੇ ਜੀ ਕਾਹਦੇ ਤੁਸੀਂ ਕਵਾਲ ਭਾਣ ਤੇ ਲਿਆਏ ਨੀ, ਪਰਚੀਆਂ ਉਹ ਜਿਹੜੀਆਂ ਲੈ ਕੇ ਦਿੰਦੇ ਆ। ਉਹ ਕਹਿੰਦਾ ਮੈਂ ਮਲੰਗ ਬੰਦਾ ਵਾਂ, ਨਾ ਮੈਂ ਤਪਲੇ ਲਿਆਉਣਾ ਨਾ ਵਾਜੇ, ਜੇ ਤੁਹਾਡੇ ਕੋਲ ਬਹੁਤੇ ਆਏ ਤੇ ਵੱਜੇ ਦੇ ਹੀ ਆਏ। ਲਓ ਜੀ ਹਾਂਜੀ, ਉਹ ਜਿਹੜਾ ਸੀਗਾ ਉਹ ਕਵਾਲ ਇੱਕ ਬੈਠਾ ਕਵਾਲੀ ਕਰਨ ਡਿਆ ਤੇ ਕਿਸੇ ਨੇ ਚੇਂਜ 'ਚ ਪੱਖਾ ਚਲਾ ਤਾ, ਸਾਰੇ ਪੈਸੇ ਨਿਆਣੇ ਨੂੰ ਜਾਣ। ਅੱਛਾ ਜੀ, ਲਓ ਜੀ ਨਾਦਰੀ ਨੇ ਆਪਣਾ ਖਿਆਲ ਰੱਖਣਾ ਤੇ ਖੁਸ਼ ਰਹੋ, ਹੱਸਦੇ ਵੱਸਦੇ ਰਹੋ, ਫਿਰ ਤੁਹਾਡੇ ਨਾਲ ਕੱਲ੍ਹ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।